देश दुनिया च वसते पंजाबियों नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट सरदार हमीद सिंह जी और सरदार जगतार सिंह जी। जी आया आज तक। थैंक यू शुक्रिया जी। सुखबीर सिंह बादल पंजाब दे मुख मंत्री भगवंत मान नूं 5 दिन दा नोटिस भेज दिंदे, 5 दिनां दे विच माफी मंगो नहीं तां मुकदमा फेस करन लई तैयार रहो। मामला 1 तरीक नूं PAU लुधियाणे दे विच सजे मंच तों ਮੁੱਖ ਮੰਤਰੀ ਵੱਲੋਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਸੰਬੰਧੀ ਕੀਤੀਆਂ ਗਈਆਂ ਟਿੱਪਣੀਆਂ ਦਾ। ਵੈਸੇ ਅਸੀਂ ਗੈਰ ਰਸਮੀ ਗੱਲਬਾਤ ਦੇ ਵਿੱਚ ਗੱਲ ਕਰ ਰਹੇ ਸੀਗੇ ਕਿ ਪੰਜਾਬੀਆਂ ਦਾ ਸੁਭਾਅ ਨਿਰਾਲਾ ਹੈ, ਦੁਨੀਆਂ ਦੀ ਇਹ ਬਿਲਕੁਲ ਵੱਖਰੀ ਕਮਿਊਨਿਟੀ ਹੈ। ਆਮ ਤੌਰ ਤੇ ਲੋਕ ਲੜਦੇ ਨੇ, ਟੀਚੇ ਮਿੱਥਦੇ ਨੇ, ਟੀਚੇ ਸਰ ਕਰਦੇ ਨੇ। ਪੰਜਾਬ ਦੇ ਵਿੱਚ ਵੀ ਅਸੀਂ ਪਿਛਲੇ 2 ਸਾਲ 'ਚ ਇੱਕ ਐਸੀ ਮੂਵਮੈਂਟ ਦੇਖੀ ਆ, ਖੇਤੀ ਕਾਨੂੰਨਾਂ 3 ਖੇਤੀ ਕਾਨੂੰਨਾਂ ਦੇ ਖਿਲਾਫ ਲੋਕ ਲੜੇ, ਲਾਮਬੰਦੀ ਨਾਲ ਲੜੇ, ਦੇਰ ਤੱਕ ਲੜੇ, ਜਿੱਤ ਪ੍ਰਾਪਤ ਕਰਕੇ ਮੁੜੇ। ਅਦਰਵਾਈਜ਼ ਪੰਜਾਬੀ 4 ਕੁ ਦਿਨ ਲਈ ਤਗੜੇ ਹੋ ਕੇ ਹੋ ਹੱਲਾ ਕਰਦੇ ਆ, ਫਿਰ ਬਹਿ ਜਾਂਦੇ ਆ, ਮੁੱਦੇ ਉੱਥੇ ਹੀ ਖੜੇ ਰਹਿੰਦੇ ਆ। ਜੇ ਅਸੀਂ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਨੂੰ ਮੁਕਦਮੇ ਦੇ ਵਿੱਚ ਘੜੀਸਣ ਦੀ ਕੀਤੀ ਗੱਲ ਨੂੰ ਪਿੱਠ ਭੂਮੀ 'ਚ ਦੇਖੀਏ ਤਾਂ 10 ਕੁ ਦਿਨ, 15 ਦਿਨ, 20 ਦਿਨ, ਮਹੀਨਾ ਪਹਿਲਾਂ ਇੰਝ ਲੱਗਦਾ ਸੀ ਕਿ ਇਹ ਮੁੱਦਾ ਪੰਜਾਬੀਆਂ ਦਾ ਇਹੀ ਇਕੱਲਾ ਮੁੱਦਾ ਹੈ, ਪਾਣੀਆਂ ਦਾ ਮੁੱਦਾ, ਪੰਜਾਬੀਆਂ ਦਾ ਮੁੱਦਾ, ਇਹਨੂੰ ਇਹ ਸਿਰੇ ਲਾ ਕੇ ਹਟਣਗੇ। ਸਾਡੇ ਸਮੇਤ ਇੱਦਾਂ ਬਹਿਸਾਂ ਹੋ ਰਹੀਆਂ ਸੀ ਜਿਵੇਂ ਜੰਗੀ ਪੱਧਰ ਤੇ ਗੱਲ ਹੁੰਦੀ। ਅੱਜ ਉਹ ਮੁੱਦਾ ਬਹੁਤ ਪਿੱਛੇ ਕਿਤੇ 5ਵੇਂ 7ਵੇਂ ਪੇਜ ਤੇ ਵੀ ਨਹੀਂ ਰਿਹਾ ਔਰ ਸਾਡੀਆਂ ਤਰਜੀਹਾਂ ਚੋਂ ਮਾਈਨਸ ਹੈ। ਸਰਕਾਰ ਕਿਤੇ ਉੱਤੇ ਗੱਲ ਕਰਦੀ ਨਹੀਂ ਆਉਂਦੀ ਨਜ਼ਰ, ਵਿਰੋਧੀ ਪਾਰਟੀਆਂ ਵੀ ਬਿਲਕੁਲ ਆਪਣੇ ਆਪਣੇ ਕੰਮਾਂ 'ਚ ਵਿਅਸਤ ਆ। ਸੋ ਇਸ ਮੁਕਦਮੇ ਨੇ, ਇਸ ਨੋਟਿਸ ਨੇ ਇੱਕ ਵਾਰੀ ਫਿਰ ਇਸ ਪਾਣੀਆਂ ਦੇ ਮੁੱਦੇ ਦੇ ਉੱਤੇ ਥੋੜੀ ਜਿਹੀ ਗਰਮੀ, ਹਲਕਾ ਜਿਹਾ ਪਾਰਾ ਚੜਾਇਆ। ਹੁਣ ਗੱਲ ਕਰਦੇ ਹਾਂ ਕਿ ਇਹਦੇ ਅੱਗੇ ਕੀ। ਸਵਾਲ ਦੂਜਾ, ਭਾਰਤ ਔਰ ਕੈਨੇਡਾ ਦੇ ਦਰਮਿਆਨ ਕੱਲ ਦਾ ਦਿਨ ਸਰਗਰਮੀ ਭਰਿਆ ਸੀਗਾ, ਕੁਝ ਐਸੀਆਂ ਸਟੇਟਮੈਂਟਸ ਨੇ ਜਿਹੜੀਆਂ ਸਟੇਟਮੈਂਟਸ ਡਿਸਕਸ਼ਨ ਮੰਗਦੀਆਂ ਨੇ। ਸਾਡੇ ਬਾਹਰ ਬੈਠੇ ਦੋਸਤ, ਮਿੱਤਰ, ਭੈਣ ਭਰਾ ਹਮੇਸ਼ਾ ਚਾਹੁੰਦੇ ਨੇ ਕਿ ਇਹਨਾਂ ਮੁੱਦਿਆਂ ਦੇ ਉੱਤੇ ਵੀ ਗੱਲ ਹੋਵੇ। ਸੋ ਕਈ ਪੱਧਰਾਂ ਦੇ ਉੱਤੇ ਕਈ ਤਰ੍ਹਾਂ ਨਾਲ ਇਹਨਾਂ ਚੀਜ਼ਾਂ ਨੂੰ ਦੇਖਦੇ ਆ, ਤੁਹਾਡੇ ਰੂਬਰੂ ਕੁਝ ਤੱਥ ਪੇਸ਼ ਕਰਦੇ ਆ। ਸੋ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਮੈਂ ਤੁਹਾਡੇ ਵੱਲ ਹੀ ਆਵਾਂ। ਤੁਸੀਂ ਸੁਖਬੀਰ ਸਿੰਘ ਬਾਦਲ ਵੱਲੋਂ ਭੇਜਿਆ ਲੀਗਲ ਨੋਟਿਸ ਦੇਖਿਆ ਹੋਊਗਾ, ਸੁਖਬੀਰ ਸਿੰਘ ਬਾਦਲ ਮਾਫੀ ਦੀ ਮੰਗ ਕਰ ਰਹੇ ਆ, ਤੁਹਾਨੂੰ ਲੱਗਦਾ ਮੁੱਖ ਮੰਤਰੀ ਮਾਫੀ ਮੰਗ ਲੈਣਗੇ ਜਾਂ ਫਿਰ 5 ਦਿਨਾਂ ਬਾਅਦ ਕਿਸੇ ਕੋਰਟ ਦੇ ਵਿੱਚ ਪੂਰੀ ਤਿਆਰੀ ਨਾਲ ਕੇਸ ਦਾਇਰ ਕਰਤਾ ਰਹੂਗਾ ਔਰ ਫਿਰ 5, 7, 10 ਸਾਲ ਤਰੀਕਾਂ ਪੈਂਦੀਆਂ ਰਹਿਣਗੀਆਂ? ਇੰਨੀ ਕੁ ਕਹਾਣੀ ਹੁੰਦੀ ਹੈ ਜੀ ਇਹਨਾਂ ਮਾਮਲਿਆਂ ਦੀ? ਇਸ਼ੂ ਹੈਗਾ ਜਿਹੜੀ ਇਹਨਾਂ ਨੇ ਲੁਧਿਆਣੇ ਉਹਦੇ PAU ਦੇ ਵਿੱਚ ਡਿਬੇਟ ਰੱਖੀ ਸੀ, ਉਹਦੇ 'ਚ ਐਲੀਗੇਸ਼ਨ ਇੱਕ ਲਾਈ ਸੀ ਬਹੁਤ ਸੀਰੀਅਸ। ਉਹ ਪੰਜਾਬ ਦੇ ਦਰਿਆਈ ਪਾਣੀਆਂ ਦੇ ਕੰਟੈਕਸਟ ਦੇ ਵਿੱਚ ਸੀ। ਭਗਵੰਤ ਮਾਨ ਨੇ ਕਿਹਾ ਸੀ ਵੀ 1998 ਦੇ ਵਿੱਚ ਭਾਖੜਾ ਨਹਿਰ ਦੇ ਕੰਢੇ ਉੱਚੇ ਕੀਤੇ ਗਏ ਤਾਂ ਕਿ ਹਰਿਆਣੇ ਨੂੰ ਪਾਣੀ ਜ਼ਿਆਦਾ ਦਿੱਤਾ ਜਾ ਸਕੇ। ਹਰਿਆਣੇ ਨੂੰ ਪਾਣੀ ਜਾ ਰਿਹਾ ਥਰੂ ਭਾਖੜਾ ਕੈਨਾਲ, 1.66 MAF ਲਗਾਤਾਰ ਜਾ ਰਿਹਾ, ਬੜਾ ਪੁਰਾਣਾ ਜਾ ਰਿਹਾ। ਮੈਨੂੰ ਇਹ ਨਹੀਂ ਪਤਾ ਵੀ 98 ਤੋਂ ਪਹਿਲਾਂ ਆਪਣੇ, ਮੈਂ ਪੁਰਾਣੀ ਗੱਲ ਕਰਦਾ, ਚੱਲ ਪਹਿਲਾਂ ਮੈਂ ਡਿਬੇਟ ਦਿਆਂ ਵੀ ਇਹਦੀ ਬੈਕਗਰਾਉਂਡ ਕੀ ਹੈ, ਫਿਰ ਮੈਂ ਦੱਸਦਾ। ਉਹਦੇ ਇਹਨਾਂ ਨੇ ਐਲੀਗੇਸ਼ਨ ਲਾਈ ਕਿ 1998 'ਚ ਇਹ ਨਹਿਰ ਦੇ ਕੰਢੇ ਉੱਚੇ ਕੀਤੇ ਗਏ 1 ਜਾਂ 2 ਫੁੱਟ ਅਤੇ ਉਹਦੇ ਅਕੋਰਡਿੰਗਲੀ ਇਹਨਾਂ ਦਾ ਜਿਹੜਾ ਬਾਲਾਸਾਰ ਫਾਰਮ ਹੈ ਸਰਸਾ ਜ਼ਿਲ੍ਹੇ ਦੇ ਵਿੱਚ ਬਾਦਲ ਪਰਿਵਾਰ ਦਾ, ਉਹਦੇ ਵਾਸਤੇ ਇੱਕ ਡੈਡੀਕੇਟਿਡ ਕੱਸੀ ਤੁਸੀਂ ਕਹਿ ਲਓ ਜਾਂ ਖਾਲਾ ਕਹਿ ਲਓ, ਉਹ ਕੱਢਿਆ ਗਿਆ। ਉਹ ਤੋਂ ਕਿਸੇ ਹੋਰ ਖੇਤ ਨੂੰ ਇਹਨਾਂ ਦਾ ਸੀ ਵੀ ਕੋਈ ਹੋਰ ਮੋਗਾ ਨਹੀਂ ਜਾਂਦਾ। ਡੈਡੀਕੇਟਿਡ ਦਾ ਮਤਲਬ ਇਹ ਹੈ ਵੀ ਇਹ ਇਸ ਮਤਲਬ ਇਹ ਲੈਣ ਦੇਣ ਸੀ ਵੀ ਹਰਿਆਣੇ ਨੂੰ ਅਸੀਂ ਪਾਣੀ ਹੋਰ ਦੇ ਦਿਆਂਗੇ ਅਤੇ ਤੁਸੀਂ ਸਾਡੇ ਫਾਰਮ ਨੂੰ ਇੱਕ ਮਿਟਿਡ ਸੂਆ ਅਲਾਓ ਕਰ ਦਿਓ। ਐਲੀਗੇਸ਼ਨ ਇਹ ਹੈ, ਇਹ ਗੱਲਾਂ ਰਿਕਾਰਡ ਦਾ ਪਾਰਟ ਹੁੰਦੀਆਂ ਸਰਕਾਰਾਂ ਦਾ, ਇਹ ਪਾਰਟ ਨਹੀਂ ਹੁੰਦਾ ਬਿਲਕੁਲ ਕਿ ਇਹ ਕੋਈ ਅੰਡਰਸਟੈਂਡਿੰਗ ਹੈ ਸਾਰੀ ਗੱਲ ਦੇ ਵਿੱਚ। ਲੇਕਿਨ ਜੇ ਉਹ ਸੂਆ ਬਣਿਆ ਹੈ ਅਤੇ ਕਿਸ ਸਾਲ ਬਣਿਆ ਹੈ, ਉਹਦੇ ਮੋਗੇ ਕਿੰਨੇ ਹੈ, ਇਹ ਸਾਰਾ ਰਿਕਾਰਡ ਦਾ ਪਾਰਟ ਹੈ, ਇਰੀਗੇਸ਼ਨ ਦਾ ਵੀ ਅਤੇ ਰੈਵਨਿਊ ਦਾ ਵੀ। ਅਤੇ ਜਿਹੜੀ ਨਹਿਰ ਉੱਚੀ ਕੀਤੀ ਗਈ ਇਹ 98 'ਚ ਕੀਤੀ ਗਈ ਹੋਣੀ ਹੈ, ਕੋਈ ਐਸੀ ਗੱਲ ਨਹੀਂ ਗੀ। ਲੇਕਿਨ ਕੀ ਉਸ ਵੇਲੇ ਇਹ ਮੋਗੇ ਵੀ ਕੱਢੇ ਗਏ? ਇਹ ਜਿਹੜਾ ਇਹ ਸਰਸਾ ਜ਼ਿਲ੍ਹਾ ਹੈ ਇਹ ਭਾਖੜਾ ਦੇ ਟੇਲ 'ਤੇ ਹੈ, ਜਿਹੜੀ ਭਾਖੜਾ ਮੇਨ ਲਾਈਨ ਹੈ ਉਹਦੇ ਟੇਲ ਹੈ।
ਟਵਾਣਾ ਹੈਡ ਤੋਂ ਬ੍ਰਾਂਚ ਚ ਕੁਛ ਨਿਕਲਦੀ ਹੈ ਇੱਥੋਂ, ਇੱਕ ਬ੍ਰਾਂਚ ਸਰਸਾ ਬ੍ਰਾਂਚ ਹੈ ਮੇਰਾ ਖਿਆਲ, ਉਹ ਡਿਟੇਲ ਤੇ ਹੈ ਤੇ ਉੱਥੋਂ ਅੱਗੇ ਸੂਏ ਤੇ ਕਸਕੀਆਂ ਕੱਢ ਕੇ ਅੱਗੇ ਪਾਣੀ ਪਹੁੰਚਾਇਆ ਗਿਆ। ਤੇ ਇੱਕ ਅਖਬਾਰ ਦੇ ਕਿਸੇ ਯੂਟਿਊਬ ਚੈਨਲ ਨੇ ਕਵਰ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਦਿਖਾਇਆ ਸੀਗਾ ਵੀ ਇਹ ਜਿਹੜਾ ਸੂਆ ਹੈ ਇਹ ਤੋਂ ਕਿਤੇ ਹੋਰ ਕੋਈ ਹੋਰ ਮੌਕਾ ਨਹੀਂ ਕੱਢਿਆ ਗਿਆ। ਚਲੋ ਉਸ ਤੋਂ ਬਾਅਦ ਮੇਰੇ ਖਿਆਲ 'ਚ ਅਕਾਲੀ ਦਲ ਦੇ ਕਿਸੇ ਬੁਲਾਰੇ ਨੇ ਰਿਕਾਰਡ ਵੀ ਪੇਸ਼ ਕੀਤਾ ਸੀ ਵੀ ਇਸ ਸੂਏ ਤੇ ਇੰਨੇ ਮੋਗੇ ਹੈਗੇ ਆ ਹੋਰ ਜਿੱਥੋਂ ਪਾਣੀ ਬਾਕੀ ਖੇਤਾਂ ਨੂੰ ਵੀ ਜਾਂਦਾ। ਚਲੋ ਆਪਾਂ ਉਸ ਕੰਟਰੋਵਰਸੀ 'ਚ ਨਹੀਂ ਪੈਂਦੇ। ਹੁਣ ਸੁਖਬੀਰ ਸਿੰਘ ਬਾਦਲ ਨੇ ਉਸ ਤੋਂ ਅਗਲੇ ਦਿਨ ਹੀ ਇਹ ਕਿਹਾ ਸੀਗਾ ਵੀ ਇਹ ਇੱਕ ਐਲੀਗੇਸ਼ਨ ਹੈ, ਸਾਡਾ ਬਹੁਤ ਪੁਰਾਣਾ ਇਹ ਫਾਰਮ ਆ, ਉਹਨਾਂ ਨੂੰ ਬਾਦਲ ਸਾਹਿਬ ਦੇ ਸ਼ਾਇਦ ਨਾਨਕਿਆਂ 'ਚੋਂ ਉਹਨਾਂ ਨੂੰ ਜ਼ਮੀਨ ਟ੍ਰਾਂਸਫਰ ਹੋਈ ਹੋਈ ਆ, ਅਤੇ ਇਹ ਕੋਈ ਨਵੀਂ ਗੱਲ ਨਹੀਂ ਗੀ ਅਤੇ ਪੁਰਾਣੇ ਇਹ ਸਿਸਟਮ ਸਾਰਾ ਚੱਲਿਆ ਆ ਰਿਹਾ, ਇਹਦੇ ਨਾਲ ਕੋਈ ਤਲਕ ਨਹੀਂ। ਅਤੇ ਉਹਨਾਂ ਨੇ ਕਿਹਾ ਸੀ ਵੀ ਭਗਵੰਤ ਮਾਨ ਮਾਫ਼ੀ ਮੰਗੇ, ਨਹੀਂ ਤਾਂ ਅਸੀਂ ਲੀਗਲ ਨੋਟਿਸ ਭੇਜਾਂਗੇ। ਸੋ ਲੀਗਲ ਨੋਟਿਸ ਉਹਨਾਂ ਨੇ ਅੱਜ ਭੇਜਤਾ ਅਤੇ ਦਿਨ ਵੀ ਪੰਜ ਹੀ ਦਿੱਤੇ ਹੈ ਵੀ ਪੰਜਾਂ ਦਿਨਾਂ ਦੇ ਵਿੱਚ ਤੁਸੀਂ ਮਾਫ਼ੀ ਮੰਗੋ ਅਤੇ ਨਹੀਂ ਤਾਂ ਅਸੀਂ ਕੋਰਟ ਦੇ ਵਿੱਚ ਜਾਵਾਂਗੇ। ਇਨ ਬਰੀਫ ਮਸਲਾ ਤਾਂ ਇਹ ਹੈ। ਮੈਨੂੰ ਇੱਕ ਮੈਂ ਉੱਦਾਂ ਵੀ ਗੱਲ ਕੀਤੀ ਸੀ ਜਿਹਦੇ ਇਹਨਾਂ ਨੇ ਇਹ ਇਸ਼ੂ ਟੇਕਅਪ ਕੀਤਾ ਹੈ ਕਿ ਜਦੋਂ ਗੱਲ ਡਾਕੂਮੈਂਟਸ 'ਤੇ ਹੋ ਰਹੀ ਹੋਵੇ, ਇਹ ਬਾਕੀ ਗੱਲਾਂ ਡਾਕੂਮੈਂਟਸ 'ਤੇ, ਭਗਵੰਤ ਮਾਨ ਬਾਕੀ ਗੱਲਾਂ ਡਾਕੂਮੈਂਟਸ 'ਤੇ ਕਰ ਰਹੇ ਸੀ ਪਾਣੀ ਦੇ ਮਾਮਲੇ 'ਚ, ਮਤਲਬ ਕਿ ਪਹਿਲਾਂ ਤੁਹਾਡਾ ਜਿਹੜਾ ਲੈਂਡ ਅਕੁਆਇਰ ਕਰਨ ਦੀ, ਜ਼ਮੀਨ ਅਕੁਆਇਰ ਕਰਨ ਦੀ ਨੋਟੀਫਿਕੇਸ਼ਨ ਇਸ਼ੂ ਹੋਈ ਉਹ ਬਾਦਲ ਸਰਕਾਰ ਦੇ ਵੇਲੇ ਹੋਈ ਸੀਗੀ। ਉਹ ਤਾਂ ਬੇਸਿਕ ਮਸਲਾ ਹੈ, ਇਹ ਤਾਂ ਬੜੀਆਂ ਛੋਟੀਆਂ ਜਿਹੀਆਂ ਗੱਲਾਂ ਸੀ ਜੇ ਕੁਛ ਹੋਇਆ ਵੀ ਹੋਵੇ 98 ਦੇ ਵਿੱਚ। ਬੇਸਿਕ ਇਸ਼ੂ ਇਹ ਹੈ ਕਿ ਤੁਹਾਡੇ ਡਾਕੂਮੈਂਟਸ ਦੇ ਵਿੱਚ ਕੀ ਕੁਛ ਹੈ। ਜੇ ਡਾਕੂਮੈਂਟਸ ਦੇ ਵਿੱਚ ਲੈਂਡ ਅਕੁਆਇਰ ਕਰਨ ਦਾ ਨੋਟੀਫਿਕੇਸ਼ਨ 1978 ਦਾ ਹੈ 20 ਫਰਵਰੀ ਦਾ, ਅਤੇ ਬਾਕੀ ਦਾ ਕੁਛ ਕਹਿਣ ਦੀ ਲੋੜ ਹੀ ਨਹੀਂ ਸੀਗੀ। ਉਹ ਸਾਰੀ ਜਿਹੜੀ ਇਹਨਾਂ ਦੀ ਥੀਸਿਸ ਹੈ ਉਹ ਉਲਟ ਜਾਂਦੀ ਹੈ ਅਕਾਲੀ ਦਲ ਦੀ ਉਹਦੇ ਵਿੱਚ ਆ ਕੇ। ਠੀਕ ਹੈ, ਅਕਾਲੀ ਦਲ ਨੇ ਸੰਘਰਸ਼ ਲੜਿਆ ਬਾਅਦ ਦੇ ਵਿੱਚ ਲੰਬਾ ਸਮਾਂ, ਇਹਦੇ ਬਾਰੇ ਕੋਈ ਦੋ ਰਾਏ ਨਹੀਂ ਗੀ ਇਸ ਮੁੱਦੇ ਤੇ ਲੈ ਕੇ। ਸੋ ਹੁਣ ਇਹਨਾਂ ਨੂੰ ਇਹ ਡਾਕੂਮੈਂਟਸ ਪੇਸ਼ ਕਰਨੇ ਪੈਣੇ, ਨਹੀਂ ਤਾਂ ਮਾਫ਼ੀ ਮੰਗਣੀ ਪੈਣੀ ਹੈ। ਗੱਲ ਬੜੀ ਸਪਸ਼ਟ ਹੈਗੀ ਹੈ, ਡਾਕੂਮੈਂਟ ਤਾਂ ਹਰਿਆਣਾ ਗੌਰਮੈਂਟ ਕੋਲ ਹੈ, ਲੈਣਾ ਤਾਂ ਕੋਈ ਔਖਾ ਕੰਮ ਹੀ ਨਹੀਂ ਹੁੰਦਾ ਅੱਜ ਕੱਲ੍ਹ ਤਾਂ। ਵੈਸੇ ਵੀ ਜੇ ਬਾਕੀ ਕੋਈ ਕੰਟਰੈਕਟ ਕੰਮ ਨਾ ਆਵੇ ਤੇ RTI 'ਚ ਤੁਸੀਂ ਡਾਕੂਮੈਂਟਸ ਲੈ ਸਕਦੇ ਹੈ। ਹਾਂਜੀ, ਮਹੀਨਾ ਹੀ ਲੱਗਦਾ ਉਹਦੇ 'ਤੇ ਨਾ ਵੱਧ ਤੋਂ ਵੱਧ, ਜੇ ਅਗਲਿਆਂ ਨੇ ਠੀਕ ਠਾਕ ਦੇਣੇ ਹੋਣ ਤਾਂ। ਸੋ ਜੇ ਡਾਕੂਮੈਂਟ ਨਹੀਂ ਹੈ ਇਸ ਗੱਲੋਂ ਸਬਸਟਾਂਸ਼ੀਏਟ ਕਰਨ ਵਾਸਤੇ, ਤੇ ਫਿਰ ਭਾਈ ਇਹਨਾਂ ਨੂੰ ਮਾਫ਼ੀ ਤਾਂ ਮੰਗਣੀ ਪੈਣੀ ਹੈ, ਕਿਉਂਕਿ ਇਹ ਦੰਦ ਕਥਾ, ਇਹ ਦੰਦ ਕਥਾ ਸੀ ਬੜੀ ਪੁਰਾਣੀ ਕਿ ਬਾਦਲਾਂ ਨੇ ਆਪਣੇ ਫਾਰਮ ਨੂੰ ਪਾਣੀ ਦੇਣ ਵਾਸਤੇ ਹਰਿਆਣੇ ਨੂੰ ਇਹ ਐਕਸਟਰਾ ਪਾਣੀ ਦਿੱਤਾ। ਹੁਣ ਜਿਹੜੀ ਗੱਲ ਮੈਂ ਪਹਿਲਾਂ ਕਿਹਾ ਸੀ ਮੈਂ ਬਾਅਦ ਦੱਸੂਗਾ, ਤੁਸੀਂ ਉੱਥੇ ਆਇਓ, ਪਰ ਇੱਕ ਛੋਟਾ ਜਿਹਾ ਸਵਾਲ ਲੈ ਲਓ। ਇੱਕ ਤਾਂ ਰਿਕਾਰਡ ਤੁਸੀਂ ਵੀ ਮੇਨਟੇਨ ਕੀਤਾ ਹੋਇਆ, ਰਿਕਾਰਡ ਤੁਹਾਡੇ ਕੋਲ ਵੀ ਹੈ, ਤੁਸੀਂ ਕਿਤਾਬ ਲਿਖੀ ਹੈ, ਹਾਲਾਂਕਿ ਇਹ ਗੱਲਾਂ ਉਹੋ ਜਿਹੇ ਥਾਵਾਂ 'ਤੇ ਆਉਂਦੀਆਂ ਨਹੀਂ ਕਈ ਵਾਰੀ। ਦੂਜੀ ਗੱਲ ਇਹ, ਮੈਂ ਜਿਹੜਾ ਮੇਰੀ ਜਗਿਆਸਾ ਹੈ ਕਿ ਕੋਈ ਵੀ ਸਟੇਟ ਦਾ ਮੁਖੀ ਆਪਣੇ ਵਿਭਾਗਾਂ ਤੋਂ ਜਾਣਕਾਰੀ ਪ੍ਰਾਪਤ ਕੀਤੇ ਬਿਨਾਂ ਕੀ ਇਹੋ ਜਿਹੀ ਗੱਲ ਕਰ ਸਕਦਾ ਹੈ ਜਿੱਥੇ ਉਹਨੂੰ ਇਹ ਅੰਦਾਜ਼ਾ ਹੋਵੇ ਕਿ ਪੋਲੀਟੀਕਲੀ ਇਹ ਕੱਲ੍ਹ ਨੂੰ ਮੈਨੂੰ ਲੈਣੇ ਦੇ ਦੇਣੇ ਪੈ ਸਕਦੇ ਆ। ਔਰ ਇਹ ਵੀ ਉਦੋਂ ਜਦੋਂ ਪਿਛਲੇ ਉਹਦੀ ਉਸ 1 ਤਰੀਕ ਦੀ ਸਪੀਚ ਤੋਂ, ਮੋਨੋਲੋਗ ਤੋਂ 15 ਦਿਨ ਪਹਿਲਾਂ ਤੋਂ ਉਸ ਵਿਭਾਗ ਦੇ ਅਧਿਕਾਰੀ ਤਿਆਰੀ ਕਰ ਰਹੇ ਹੋਣ, ਤੁਹਾਨੂੰ ਲੱਗਦਾ ਕਿ ਮੁੱਖ ਮੰਤਰੀ ਨੇ ਇਹ ਗੱਲ ਵਧਾ ਚੜਾ ਕੇ ਕੀਤੀ? ਦੇਖੋ, ਮੈਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਵਧਾ ਚੜਾ ਕੇ ਗੱਲ ਕੀਤੀ ਕਿ ਨਹੀਂ, ਮੈਨੂੰ ਇੰਨਾ ਪਤਾ ਕਿ ਇਹ ਸਰਕਾਰ ਤਿਆਰੀ ਕਰ ਰਹੀ ਸੀਗੀ। ਮੇਰੇ ਕੋਲ ਆਲਮੋਸਟ ਕਾਫੀ ਡਾਕੂਮੈਂਟਸ ਉਸ ਸੰਬੰਧਿਤ ਮੇਰੇ ਕੋਲ ਪਏ ਹੈਗੇ, ਜਿਹੜੇ ਸਰਕਾਰ ਕੋਲ ਵੀ ਨਹੀਂ ਸੀਗੇ ਉਹ ਮੇਰੇ ਕੋਲ ਹੈਗੇ। ਰਾਦਰ ਸਰਕਾਰ ਦੀ ਫਾਈਲ ਦੇ ਵਿੱਚ 1994 ਤੱਕ ਕੁਛ ਵੀ ਨਹੀਂ ਸੀ। ਅਸੀਂ ਵੱਡੀਆਂ ਵੱਡੀਆਂ ਗੱਲਾਂ ਤਾਂ ਕਰਦੇ ਰਹੇ ਪਾਣੀਆਂ ਦੇ ਮਾਮਲੇ 'ਤੇ, ਸਾਡੀ ਤਾਂ ਫਾਈਲ ਹੀ ਨਹੀਂ ਸੀ ਬਣੀ ਹੋਈ, ਸਾਡਾ ਹਾਲ ਤਾਂ ਇਹ ਸੀਗਾ, ਹਰਿਆਣੇ ਦੀ ਫਾਈਲ ਪੂਰੀ ਬਣੀ ਹੋਈ ਸੀਗੀ। ਸੋ ਇਸ ਕਰਕੇ ਕਈ ਵਾਰੀ ਇਹ ਹੁੰਦਾ ਕਿ ਡਾਕੂਮੈਂਟਸ ਪੂਰੇ ਨਹੀਂ ਹੁੰਦੇ ਸਰਕਾਰਾਂ ਕੋਲ, ਆਪਣੇ ਹੀ ਡਾਕੂਮੈਂਟਸ ਕਈ ਵਾਰੀ ਪੂਰੇ ਨਹੀਂ ਹੁੰਦੇ, ਅਤੇ ਇਹਨਾਂ ਦੇ ਅਫਸਰਾਂ ਨੇ ਕਦੇ ਜੱਚ ਕੇ ਇਸ ਇਸ਼ੂ 'ਤੇ ਕੰਮ ਹੀ ਨਹੀਂ ਕੀਤਾ। ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਕਿਉਂਕਿ ਮੈਂ ਸਾਰੇ ਡਾਕੂਮੈਂਟ ਇਕੱਠੇ ਕੀਤੇ, ਉਸ ਦੌਰਾਨ ਮੈਨੂੰ ਇਹ ਗੱਲ ਸਮਝ ਆਈ ਸੀਗੀ ਕਿ ਪਿੱਛੇ ਜਿੰਨੀ ਕਾਰਵਾਈ ਸਰਕਾਰ ਕਰਦੀ ਰਹੀ ਉਹਦੇ ਵਿੱਚ ਪਿੱਛੇ ਹੈ ਕੀ ਸੀ ਸਾਰਾ ਕੁਛ, ਤਾਂ ਮੈਂ ਇਹ ਇੱਕ ਦਾਅਵੇ ਨਾਲ ਗੱਲ ਕਰ ਰਿਹਾ।
ਸੋ ਮੈਨੂੰ ਇਹ ਨਹੀਂ ਪਤਾ ਕਿ ਜਿਹੜਾ ਇਹ ਮੇਰੇ ਕੋਲ ਡਾਕੂਮੈਂਟ ਨਹੀਂ ਹੈ ਬਾਲਾਸਾਰ ਦਾ ਕੋਈ ਵੀ ਇਸ ਸੰਬੰਧ ਦੇ ਵਿੱਚ ਨਾ ਨਹਿਰ ਉੱਚੀ ਕਰਦਾ ਹੈ ਸਰਕਾਰ ਦੀ ਫਾਈਲ ਦੇ ਵਿੱਚ ਕੁਛ ਹੋਵੇ ਤਾਂ ਮੈਨੂੰ ਪਤਾ ਨਹੀਂ ਜੀ ਲੇਕਿਨ ਜਦੋਂ ਬਾਕੀ ਡਾਕੂਮੈਂਟ ਤੁਹਾਡੇ ਕੋਲ ਸਾਰੇ ਹੈਗੇ ਆਲਮੋਸਟ ਜਿਹਦੇ ਚ ਕਾਂਗਰਸ ਵੀ ਫਸਦੀ ਸੀ ਤੇ ਅਕਾਲੀ ਵੀ ਫਸਦੇ ਹੈ ਫਿਰ ਐਲੀਗੇਸ਼ਨ ਲਾਉਣ ਦੀ ਲੋੜ ਨਹੀਂ ਹੁੰਦੀ ਜੇ ਐਲੀਗੇਸ਼ਨ ਹੈ ਤਾਂ ਮੈਂ ਇਹ ਕਹਿ ਕੇ ਚੱਲਦਾ ਨਾ ਕੰਡੀਸ਼ਨਲ ਬਾਕੀ ਹੁਣ ਲੀਗਲ ਨੋਟਿਸ ਦੇ ਦਿੱਤਾ ਗਿਆ ਇਹ ਤਾਂ ਹੁਣ ਭਗਵੰਤ ਮਾਨ ਦੱਸਣਗੇ ਵੀ ਇਹਨਾਂ ਕੋਲ ਇਸ ਸੰਬੰਧ ਦੇ ਵਿੱਚ ਡਾਕੂਮੈਂਟਸ ਕੋਈ ਹੈ ਕਿ ਨਹੀਂ ਮੈਂ ਜਿਹੜੀ ਗੱਲ ਤੁਸੀਂ ਵਿੱਚੋਂ ਮੈਨੂੰ ਟੋਕਤਾ ਸੀ ਮੈਂ ਉਹ ਗੱਲ ਕਰਨ ਲੱਗਿਆ ਮੈਂ 1985 ਤੋਂ 1987 ਤੱਕ ਮੈਂ ਹਰਿਆਣਾ ਕਵਰ ਕੀਤਾ ਤੇ ਮੈਂ ਸਿਸਟਮ ਸਾਰਾ ਹਰਿਆਣੇ ਦਾ ਇਰੀਗੇਸ਼ਨ ਮੈਂ ਸਟੱਡੀ ਕੀਤਾ ਸੀ ਉਦੋਂ ਤੇ ਮੈਨੂੰ ਇੱਕ ਗੱਲ ਸਮਝ ਆਈ ਸੀਗੀ ਉਦੋਂ ਜਿਹੜੀ ਆਫ ਦੀ ਰਿਕਾਰਡ ਉਦੋਂ ਆਪਣੇ ਸ਼ਮਸ਼ੇਰ ਸਿੰਘ ਸੁਰਜੇਵਾਲਾ ਹੁੰਦੇ ਸੀ ਇਰੀਗੇਸ਼ਨ ਪਾਵਰ ਮਿਨਿਸਟਰ ਬੜੇ ਨਫੀਸ ਇਨਸਾਨ ਹਰਿਆਣੇ ਦੀ ਸਿਆਸਤ ਦੀ ਸਮਝ ਤੇ ਪਾਣੀਆਂ ਦੇ ਈਸ਼ੂ ਦੀ ਸਮਝ ਉਹਨਾਂ ਨੂੰ ਸਾਡੇ ਪੰਜਾਬ ਵਾਲਿਆਂ ਤੋਂ ਜ਼ਿਆਦਾ ਸੀ ਤੇ ਉਹ ਦਿਨ ਗੱਲ ਕਰ ਰਹੇ ਬੈਠੇ ਆਫ ਦੀ ਰਿਕਾਰਡ ਉਹ ਕਹਿੰਦੇ ਗੱਲ ਸੁਣ ਕਹਿੰਦਾ ਵੀ ਅਸੀਂ ਪਾਣੀ ਦਾ ਕਹਿੰਦਾ ਜਿੰਨਾ ਹਰਿਆਣੇ ਕੋਲ ਆਪਣੇ ਪੰਜਾਬ ਕੋਲ ਪਿੱਛੇ ਸਰਪਲਸ ਅਵੇਲੇਬਲ ਹੈਗਾ ਉਹ ਅਸੀਂ ਆਲਰੇਡੀ ਥਰੂ ਭਾਖੜਾ ਸਿਸਟਮ ਲੈ ਰਹੇ ਤੇ ਜੇ ਥੋੜ੍ਹੇ ਜਿਹੇ ਇਹਦੇ ਜਿਹੜੇ ਕੰਢੇ ਹੈ ਹੋਰ ਉੱਚੇ ਕਰ ਦਈਏ ਤੇ ਜਿਹੜਾ ਮਾੜਾ ਮੋਟਾ ਪਾਣੀ ਹੋਰ ਹੈ ਉਹ ਵੀ ਲੈ ਸਕਦੇ ਹਾਂ ਉਹ ਕਹਿੰਦੇ ਸਾਨੂੰ ਪਤਾ ਵੀ SVL ਦਾ ਤੇ ਇੱਕ ਤਾਂ ਪਾਣੀ ਹੈ ਨਹੀਂ ਤੇ ਕਹਿੰਦਾ SVL ਦੀ ਤਾਂ ਲੋੜ ਹੀ ਨਹੀਂ ਸਮੱਸਿਆ ਕਹਿੰਦਾ ਵੀ ਇਹ ਵੀ ਅਸੀਂ ਹੁਣ ਇਹ ਇਸ਼ੂ ਛੱਡ ਨਹੀਂ ਸਕਦੇ ਕਿਉਂਕਿ ਹਰਿਆਣੇ 'ਚ ਨਹਿਰ ਬਣ ਗਈ ਸੀਗੀ SVL ਜਦੋਂ ਮਿਸਿਸ ਗਾਂਧੀ ਨੇ ਅਨਾਊਂਸ ਕੀਤਾ ਨਾ 76 ਦੇ ਵਿੱਚ ਹਰਿਆਣੇ ਦੇ ਵਿੱਚ ਨਾਲ ਹੀ ਨਹਿਰ ਬਣਨੀ ਸ਼ੁਰੂ ਹੋ ਗਈ ਚੌਧਰੀ ਬੰਸੀ ਲਾਲ ਸੀਗੇ ਉਦੋਂ ਮੁੱਖ ਮੰਤਰੀ ਉਹਨਾਂ ਨਾਲ ਹੀ ਕੰਮ ਸ਼ੁਰੂ ਕਰਵਾਤਾ ਸੀ ਤੇ 80-81 ਤੱਕ ਇਹ ਨਹਿਰ ਪੂਰੀ ਹੋ ਗਈ ਸੀਗੀ ਇਸ ਕਰਕੇ ਹਰਿਆਣੇ ਦਾ ਇਸ਼ੂ ਜ਼ਿਆਦਾ ਸੀਰੀਅਸ ਹੈ ਉਹ ਕਹਿੰਦੇ ਵੀ ਪਾਣੀ ਸਾਨੂੰ ਪਤਾ ਪੰਜਾਬ ਕੋਲ ਹੈ ਨਹੀਂ ਤੇ ਜਿਹੜਾ ਮਾੜਾ ਮੋਟਾ ਹੈਗਾ ਥੋੜ੍ਹਾ ਜਿਹਾ ਹੋਰ ਉਹ ਥਰੂ BML ਲੈ ਸਕਦੇ ਹਾਂ ਹੁਣ BML ਦੇ ਥਰੂ ਪਾਣੀ ਸਾਰਾ ਜਾ ਰਿਹਾ ਹਰਿਆਣਾ ਰਿਕਾਰਡ 'ਤੇ ਹੈ ਉਹ ਕਹਿੰਦੇ ਵੀ ਸਾਨੂੰ 1.88-3.5 ਤੋਂ ਜਿਹੜਾ ਐਰੋਕੇਟ ਹੋਇਆ ਸੀਗਾ ਉਹ ਹੋਰ ਚਾਹੀਦਾ ਜੀ ਉਹ ਪਾਣੀ ਵੈਸੇ ਹੈ ਨਹੀਂ ਗਾ ਐਗਜਿਸਟ ਹੀ ਨਹੀਂ ਕਰਦਾ ਕਿਉਂਕਿ ਜਿੰਨਾ ਪਾਣੀ ਦਰਿਆਵਾਂ 'ਚ ਆ ਰਿਹਾ ਹੈ ਉਹ ਸਾਰਾ ਯੂਟੀਲਾਈਜ਼ ਹੋ ਰਿਹਾ ਜਿਹੜਾ ਯੂਟੀਲਾਈਜ਼ ਨਹੀਂ ਹੋ ਰਿਹਾ ਉਹ ਗਲਤੀ ਪੰਜਾਬ ਦੀ ਕਰਕੇ ਪਾਕਿਸਤਾਨ ਜਾ ਰਿਹਾ ਜਾਂ ਰਾਵੀ ਦਾ ਪਾਣੀ ਜਿਹੜਾ ਮਾਧੋਪੁਰ ਤੋਂ ਥੱਲੇ ਜਿਹੜੇ ਆ ਕੇ ਇੱਕ ਦਰਿਆ ਮਿਲਦਾ ਹੈ ਰਾਵੀ ਦੇ ਵਿੱਚ ਕਿਉਂਕਿ ਉਹ ਡੈਮ ਨਹੀਂ ਹੈ ਉਹ ਤਾਂ ਕੇਂਦਰ ਸਰਕਾਰ ਨੇ ਕਦੇ ਪਰਮਿਸ਼ਨ ਹੀ ਨਹੀਂ ਦਿੱਤੀ ਉੱਥੇ ਬੰਨ ਮਾਰਨ ਦੀ ਉਹ ਪਾਣੀ ਜਾ ਰਿਹਾ ਜਾਂ ਮਾਨਸੂਨ ਦੇ ਵਿੱਚ ਜਾਂਦਾ ਫਲੱਡ ਦਾ ਪਾਣੀ ਜਾਂਦਾ ਬਾਕੀ ਪਾਣੀ ਪਾਕਿਸਤਾਨ ਦੇ ਵਿੱਚ ਨਹੀਂ ਜਾਂਦਾ ਸੋ ਇਹ ਭੱਡੀ ਪ੍ਰਚਾਰ ਵੀ ਲਗਾਤਾਰ ਕੀਤਾ ਗਿਆ ਚਲੋ ਉਹ ਤਾਂ ਗੱਲ ਵੱਖਰੀ ਹੈਗੀ ਹੈ ਲੇਕਿਨ ਜਿਸ ਢੰਗ ਦੇ ਨਾਲ ਇਹ ਇਸ਼ੂ ਹੈਂਡਲ ਕੀਤਾ ਜਾ ਰਿਹਾ ਸਾਰੀਆਂ ਪਾਰਟੀਆਂ ਵੱਲੋਂ ਕਿਤੇ ਨਾ ਕਿਤੇ ਇਹਦੇ 'ਚ ਜਿਹੜੀ ਕਮਿਟਮੈਂਟ ਉਹਦੀ ਘਾਟ ਹੈਗੀ ਹੈ ਅਤੇ ਲੋਕਾਂ ਨੂੰ ਗੁਬਰਾ ਲਗਾਤਾਰ ਹਰ ਪਾਰਟੀ ਨੇ ਆਲਮੋਸਟ ਕੀਤਾ ਹੈ ਹੁਣ ਜਿਹੜਾ ਸੱਚ ਹੈ ਮੈਨੂੰ ਲੱਗਦਾ ਸੀ ਕਿ ਪੂਰਾ ਸੱਚ ਉਸ ਦਿਨ ਲੁਧਿਆਣਾ ਸਟੇਜ ਤੋਂ ਸਾਹਮਣੇ ਆਏਗਾ ਇਹ ਪਾਰਸ਼ਲ ਸੱਚ ਤਾਂ ਸਾਹਮਣੇ ਆ ਗਿਆ ਹੁਣ ਪੂਰਾ ਸੱਚ ਸਾਹਮਣੇ ਆਉਣਾ ਚਾਹੀਦਾ ਹੁਣ ਚੈਲੇਂਜ ਹੈ ਭਗਵੰਤ ਮਾਨ ਵਾਸਤੇ ਲੀਗਲ ਨੋਟਿਸ ਤੋਂ ਬਾਅਦ ਕਿ ਉਹ ਪੂਰੇ ਡਾਕੂਮੈਂਟਸ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਉਣ ਸਦਾ ਹਮੀਰ ਸਿੰਘ ਜੀ ਵਾਕਈ ਗੱਲ ਦਰੁਸਤ ਆ ਜਗਤਾਰ ਸਿੰਘ ਜੀ ਦੀ ਕਿ ਜਦੋਂ ਹੁਣ ਲੜਾਈ ਵਿੱਢੀ ਗਈ ਲੜਾਈ ਛਿੜ ਜੇ ਫਿਰ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਨਿਤਾਰਾ ਲੋਕ ਕਰਦੇ ਹੁੰਦੇ ਅਦਾਲਤਾਂ ਵਿੱਚ ਨਿਤਾਰੇ ਕਿੱਥੇ ਹੁੰਦੇ ਆ ਜੀ ਵੱਡੇ ਕੇਸਾਂ ਦੇ ਤਰੀਕਾਂ ਪੈਂਦੀਆਂ ਰਹਿੰਦੀਆਂ ਵੱਡੇ ਵਕੀਲ ਸ਼ਾਮਿਲ ਹੁੰਦੇ ਆ ਇੰਨੇ ਦਸਤਾਵੇਜ਼ ਮੈਂ ਅਗਲੇ 20-30 ਸਾਲਾਂ ਤੱਕ ਵੀ ਇਹ ਕੇਸ ਨੂੰ ਵੇਖਦਾ ਤੇ ਵੱਡੀ ਗੱਲ ਨਹੀਂ ਕਿ ਜੇ ਮੰਨ ਲਓ ਕੋਈ ਦੁਬਾਰਾ ਸੱਤਾ ਸੁੱਤਾ ਬਦਲ ਜੇ ਤੇ ਬਾਰ ਬਾਰ ਹੀ ਸਭ ਉਹ ਆ ਜਾਂਦਾ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਕੀ ਕਿਸ ਪਾਰਟੀ ਦੇ ਕਿਸ ਆਗੂ ਦਾ ਕੀ ਰੋਲ ਰਿਹਾ ਜਿਹੜਾ ਵੀ ਸਰਕਾਰੀ ਦਸਤਾਵੇਜ਼ ਹੈ ਉਹਨੂੰ ਵਾਈਟ ਪੇਪਰ ਦੇ ਰੂਪ ਦੇ ਵਿੱਚ ਜਾਂ ਕਿਸੇ ਹੋਰ ਦਸਤਾਵੇਜ਼ ਦੇ ਰੂਪ 'ਚ ਸਰਕਾਰ ਨੂੰ ਲੋਕਾਂ ਦੀ ਕਚਹਿਰੀ 'ਚ ਨਹੀਂ ਰੱਖ ਦੇਣਾ ਚਾਹੀਦਾ ਜਿਹੜੀ ਆ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਉਹ ਆਪਣਾ ਪ੍ਰਚਾਰ ਨਾ ਕਰਨ ਸਿਰਫ ਉਹਦੇ 'ਚ ਤੱਥ ਹੋਣ ਕਿਸੇ ਮੁੱਖ ਮੰਤਰੀ ਦੀ ਸਪੀਚ ਨਾ ਹੋਵੇ ਕਿਸੇ ਦਾ ਕੁਛ ਨਾ ਹੋਵੇ ਸਰਕਾਰੀ ਪੈਸਿਆਂ ਦੇ ਉੱਤੇ ਸਰਕਾਰੀ ਫਾਈਲ ਦੀ ਇੱਕ ਇੱਕ ਨੋਟਿੰਗ ਇੱਕ ਇੱਕ ਚੀਜ਼ ਜਿਹੜੀ ਆ ਛਪਵਾ ਕੇ ਲੋਕਾਂ 'ਚ ਰੱਖ ਦਿਓ ਮੇਰਾ ਖਿਆਲ ਆ 2024 ਦੀ ਇਲੈਕਸ਼ਨ ਇਸੇ ਮੁੱਦੇ ਤੇ ਲੜੀ ਜਾਣੀ ਨਾਲੇ ਪੰਜਾਬ ਦੇ ਲੋਕ ਜਿਹੜੇ ਝੱਟ ਭੁੱਲ ਭੁਲਾ ਜਾਂਦੇ ਆ ਇੱਕ ਵਾਰੀ ਫਿਰ ਤੋਂ ਇੱਥੇ ਲੜਨਾ ਸ਼ੁਰੂ ਕਰਨਗੇ ਤੇ ਨਾਲੇ ਸਾਡੀ ਜਿਹੜੀ ਲੀਡਰਸ਼ਿਪ ਆ ਉਹਦੀ ਵੀ ਉਹਦਾ ਵੀ ਪਤਾ ਲੱਗ ਜੂ ਔਰ ਉਹ ਲੋਕ ਫੈਸਲੇ ਵੀ ਹੋ ਜਾਣਗੇ ਵੈਸੇ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਪੋਲੀਟੀਸ਼ੀਅਨ ਹੈ ਤੇ ਜਿਹੜਾ ਸਾਡਾ ਓਵਰਆਲ ਮੀਡੀਆ ਜਾਂ ਲੋਕਾਂ ਦਾ ਇੱਕ ਇੰਟਰੈਕਸ਼ਨ ਦਾ ਲੈਵਲ ਹੈ ਉਹ ਇੱਥੇ ਖੜ ਗਿਆ ਕਿ ਉਹ ਕੁੱਕੜ ਲੜਾਈ ਦੇਖਣਾ ਚਾਹੁੰਦਾ ਤੇ ਉਹ ਵੀ ਕੁੱਕੜ ਲੜਾਈ ਕਰਨਾ ਚਾਹੁੰਦੇ ਨੇ ਤੇ ਇਹ ਤੋਂ ਬਿਨਾਂ ਕੋਈ ਗੱਲ ਨਹੀਂ
ਪੰਜਾਬ ਦਾ ਬੇਸਿਕ ਮੁੱਦਾ ਪਾਣੀਆਂ ਦਾ, ਪਾਣੀ ਐਗਜ਼ਿਸਟੈਂਸ ਨਾਲ ਜੁੜਿਆ ਹੋਇਆ। ਹੋਣ ਦੇ ਸਵਾਲ ਤੇ ਡਿਬੇਟ ਬੰਦ ਹੈ, ਉਦੋਂ ਹੀ ਹੁੰਦੀ ਹੈ ਜਦੋਂ ਕਿਤੇ ਕੋਈ ਜਾਂ ਤਾਂ ਸੁਪਰੀਮ ਕੋਰਟ ਕਹਿ ਦਿੰਦੀ ਹੈ ਥੋੜਾ ਜਿਹਾ, ਜਾਂ ਕਿਸੇ ਨੇ ਨੋਟਿਸ ਦਿੱਤਾ ਲੀਗਲ ਜਾਂ ਹੋਰ। ਔਰ ਸਾਡੀ ਟੋਟਲ ਫਾਈਟ ਜਿਹੜੀ ਹੁਣ ਪੋਲੀਟੀਕਲ ਫੀਲਡ ਚ ਹੋਣੀ ਚਾਹੀਦੀ ਹੈ, ਪੋਲੀਟੀਕਲ ਸੈਟਅਪ ਦੇ ਵਿੱਚ ਇੱਕ ਕੰਸੈਂਸਸ ਬੇਸਡ ਹੋਣੀ ਚਾਹੀਦੀ ਹੈ। ਕੰਸੈਂਸਸ ਬਣਾ ਕੇ ਜਿਹੜਾ ਸਭ ਤੋਂ ਜ਼ਿਆਦਾ ਵਿਲਨ ਹੈ, ਜਿਹਦੇ ਖਿਲਾਫ਼ ਲੜਾਈ ਹੋਣੀ ਚਾਹੀਦੀ ਹੈ, ਗਵਰਨਮੈਂਟ ਆਫ ਇੰਡੀਆ, ਜਿਹਨੇ ਹਮੇਸ਼ਾ ਹੀ ਡਿਸਕ੍ਰਿਮੀਨੇਸ਼ਨ ਕੀਤਾ ਪੰਜਾਬ ਦੇ ਲਾਅ ਪੁਆਇੰਟ ਤੇ, ਕਾਂਸਟੀਟਿਊਸ਼ਨਲ ਪੁਆਇੰਟ ਤੇ, ਡਿਫਰੈਂਟ ਟਾਈਪ ਤੇ, ਉੱਧਰ ਤਾਂ ਅਸੀਂ ਜਾ ਹੀ ਨਹੀਂ ਰਹੇ। ਇਹਨੂੰ ਹੋਰ ਬੌਧਕ ਕੰਗਾਲੀ ਕਿਹਨੂੰ ਕਹਿੰਦੇ ਨੇ? ਇਹ ਬੌਧਕ ਕੰਗਾਲੀ ਦਾ ਸਿਖਰ ਹੈ ਕਿ ਆਪਸ ਦੇ ਵਿੱਚ ਉਲਝੋ ਤੇ ਜਿੰਨਾ ਮਰਜ਼ੀ ਕਰੋ, ਹਰ ਗੱਲ ਕੋਰਟ ਕੋਲ ਜਾਓ। ਸੁਪਰੀਮ ਕੋਰਟ ਨੇ ਗਵਰਨਰ ਤੇ ਭਗਵੰਤ ਮਾਨ ਦੇ ਮਾਮਲੇ 'ਚ ਇਹ ਕਿਹਾ ਕਿ ਹਰ ਮਾਮਲੇ ਨੂੰ ਲੈ ਕੇ ਇੱਥੇ ਭੱਜੇ ਆਉਂਦੇ ਹੋ, ਇਹੋ ਜਿਹੇ ਮੁੱਦੇ ਵੀ ਤੁਸੀਂ ਆਪ ਟੈਕਲ ਨਹੀਂ ਕਰ ਸਕਦੇ? ਵੀ ਸੈਸ਼ਨ ਬੁਲਾਉਣਾ, ਆ ਬਿੱਲ ਵਾਪਸ ਤੂੰ ਵਾਪਸ ਭੇਜਣਾ ਕਰਨਾ, ਇਹ ਕੋਈ ਨਵੀਂ ਗੱਲ ਹੈ ਜਿਹੜੀ ਸਾਡੇ ਕੋਲ ਆ ਜਾਂਦੇ ਹੋ ਲੈ ਕੇ? ਘੱਟੋ ਘੱਟ ਹੇਠਲੇ ਤੁਹਾਡੇ ਲੈਵਲ ਦੇ ਕੰਮ ਨੇ, ਆਪਸ 'ਚ ਨਿਪਟਾਉਂਦੇ ਕਿਉਂ ਨਹੀਂ? ਹੁਣ ਸੁਪਰੀਮ ਕੋਰਟ ਕੀ ਕਹੇ? ਇਹ ਡਾਇਰੈਕਟਲੀ ਇਹੀ ਕਿਹਾ ਨਾ ਇਹਨਾਂ ਦੇ ਮੂੰਹ ਤੇ ਤਪਾਚਾ ਮਾਰਿਆ ਵੀ ਤੁਸੀਂ ਐਡੇ ਜੋਗੇ ਵੀ ਹੈ ਨਹੀਂ, ਆਪਦੇ ਛੋਟੇ ਛੋਟੇ ਜਿਹੜੇ ਗਲੀ ਮੁਹੱਲੇ ਦੇ ਝਗੜੇ ਸਾਡੇ ਕੋਲ ਆ ਜਾਂਦੇ ਹੋ ਮੁੜ ਕੇ ਚੱਕ ਕੇ, ਆਪਸ ਦੇ ਵਿੱਚ ਮਤਲਬ ਨਜਿੱਠਣੇ ਸਿੱਖੋ ਇਹਨਾਂ ਮਾਮਲਿਆਂ ਨੂੰ। ਇਸੇ ਤਰ੍ਹਾਂ ਹੁਣ ਸਾਡੇ ਇਹ ਪਹਿਲਾ ਦੌਰ ਹੈ ਮੇਰੇ ਖਿਆਲ ਪੋਲਿਟਿਕਸ ਦੇ ਵਿੱਚ ਕਿ ਜਦੋਂ ਇੱਕ ਦੂਜੇ ਦੇ ਖਿਲਾਫ ਅਸੀਂ ਮਾਨਹਾਨੀ ਦਾ ਨੋਟਿਸ ਦੇ ਰਹੇ ਜੀ, ਉਹਨੇ ਮੈਨੂੰ ਐਂ ਕਹਿਤਾ ਮੈਂ ਮਾਨਹਾਨੀ ਦਾ ਦੇ ਰਿਹਾ, ਦੂਜਾ ਤੀਜਾ ਜਾ ਕੇ ਪਹਿਲਾਂ ਇਹ ਆਮ ਆਦਮੀ ਪਾਰਟੀ ਨੇ ਪਾਇਆ ਉਸੇ ਤਰੀਕੇ ਦਾ, ਉਹ ਵੀ ਕਰਦੇ ਰਹੇ ਤੇ ਫਿਰ ਆਮ ਆਦਮੀ ਪਾਰਟੀ ਕਈ ਝੱਲ ਰਹੀ ਹੈ। ਅਰਵਿੰਦ ਕੇਜਰੀਵਾਲ ਮਾਫ਼ੀ ਮੰਗੇ ਵਿਕਰਮ ਮਜੀਠੀਆ ਤੋਂ ਜਾ ਕੇ ਉੱਥੋਂ, ਭਗਵੰਤ ਮਾਨ ਨੇ ਅਸਤੀਫਾ ਵੀ ਦਿੱਤਾ ਸੀ ਇੱਕ ਵਾਰ ਇਸ ਮਾਮਲੇ ਦੇ ਉੱਤੇ ਕਿ ਤੁਸੀਂ ਮਾਫ਼ੀ ਕਿਉਂ ਮੰਗੀ, ਅਸੀਂ ਤਾਂ ਸਟੈਂਡ ਲੈਂਦੇ ਰਹੇ ਹਾਂ, ਮੁੜ ਕੇ ਉਸੇ ਤਨਖਾਹ ਤੇ ਮੁੜ ਕੇ ਕੰਮ ਕਰਨ ਆ ਗਏ, ਨਾ ਸਟੈਂਡ ਉਹਨੇ ਤਾਂ ਵਾਪਸ ਨਹੀਂ ਲਿਆ। ਕੋਈ ਪਾਰਟੀ ਇੱਕ ਸਟੈਂਡ ਬਣਾਉਂਦੀ ਹੁੰਦੀ ਹੈ ਤੇ ਪਾਰਟੀ ਦਾ ਸਟੈਂਡ ਕੀ ਹੈ ਕਿ ਅਜੇ ਵੀ ਸੇਮ ਕੇਸ 'ਚ ਪਾਰਟੀ ਕਨਵੀਨਰ ਮਾਫ਼ੀ ਮੰਗ ਗਿਆ ਤੇ ਪਾਰਟੀ ਦਾ ਦੂਜਾ ਲੀਡਰ ਸੰਜੇ ਸਿੰਘ ਆਪੇਸੀ ਤੇ ਆਉਂਦਾ, ਉਹ ਮਾਫ਼ੀ ਨਹੀਂ ਮੰਗ ਕੇ ਗਿਆ। ਤੁਹਾਡੇ ਡਿਫਰੈਂਟ ਕਿਰਦਾਰ ਤੇ ਇੱਕ ਇੱਕ ਲੈਵਲ ਹੁੰਦਾ ਕਿਸੇ ਪੋਲੀਟੀਕਲ ਸੈਟਅਪ ਦਾ। ਇਹੀ ਅਕਾਲੀ ਦਲ ਦਾ ਕੁਐਸਚਨ ਹੈ। ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਕੇਵਲ ਇੱਕ ਪਰਸਨਲ ਗੱਲ ਕਰਕੇ ਕਿਉਂ? ਬਾਰ ਬਾਰ ਕਿੰਨੇ ਐਲੀਗੇਸ਼ਨ ਲੱਗੇ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ, ਕਦੇ ਕਿਤੇ 35,000 ਕਰੋੜ ਦੀ ਜਾਇਦਾਦ, ਕਦੇ ਬਾਕੀ ਵਿਜੀਲੈਂਸ ਗਈ ਫਲਾਨਾ। ਇਹ ਨੋਟਿਸ ਤਾਂ ਮੈਂ ਕਦੇ ਨਹੀਂ ਦੇਖਿਆ ਕਿ ਸਾਡਾ ਤਾਂ ਬਿਲਕੁਲ ਹੀ ਤੁਸੀਂ ਡੈਫਾਮੇਸ਼ਨ ਉਸ ਲੈਵਲ ਦਾ ਕਰਤਾ ਜੀ, ਸਾਡਾ ਕਿਰਦਾਰ ਕੁਸ਼ੀ ਕਰਤੀ ਫਲਾਨਾ। ਤੁਸੀਂ ਗਏ ਕੋਰਟ ਦੇ ਵਿੱਚ, ਜਿਹੜੇ ਮੁਕੱਦਮੇ ਸੀ ਉਹਦੇ ਮੁਤਾਬਕ ਆਏ, ਸਰਕਾਰ ਤੁਹਾਡੀ ਆ ਗਈ, ਆਈ ਓ ਪਿੱਛੇ ਚਲਾ ਗਿਆ, ਉਹ ਤੁਸੀਂ ਉਵੇਂ ਨਜਿੱਠ ਲਈਆਂ ਤੇ ਪੋਲੀਟੀਕਲੀ ਤੁਹਾਨੂੰ ਫਾਇਦਾ ਹੋ ਗਿਆ, ਅਮਰਿੰਦਰ ਸਿੰਘ ਨੂੰ ਨੁਕਸਾਨ ਹੋ ਗਿਆ ਉਸ ਸਾਰੇ ਮਾਮਲੇ ਦਾ ਜਿਹੜਾ ਜਿਹੜੇ ਤਰੀਕੇ ਨਾਲ ਉਹਨੇ ਕੀਤਾ। ਇਹ ਸਾਰੇ ਜਿਹੜੇ ਮਾਮਲੇ ਨੇ, ਸਾਡੀ ਪੋਲੀਟੀਕਲ ਲੀਡਰਸ਼ਿਪ ਪੋਲੀਟਿਕਸ ਕਰਨ ਤੋਂ ਡਰਨ ਲੱਗ ਗਈ, ਉਹ ਹੁਣ ਲੀਗਲ ਸਹਾਰੇ ਲੋਕਾਂ ਦਾ ਟਾਈਮ ਖਰਾਬ ਕਰ ਰਹੀ ਹੈ ਕਿਸੇ ਵੀ ਰੂਪ ਦੇ ਵਿੱਚ। ਲੋਕ ਇਹਦੇ ਤੇ ਹੀ ਲੱਗੇ ਰਹਿਣਗੇ ਜਿੰਨਾ ਚਿਰ ਇਹ ਚੱਲੂਗਾ, 2 ਮਹੀਨੇ, 3 ਮਹੀਨੇ, 4 ਮਹੀਨੇ, 5 ਮਹੀਨੇ। ਨਾ ਅਕਾਲੀ ਦਲ ਮੋਰਚਾ ਲਾਉਣ ਦੀ ਹੈਸੀਅਤ ਦੇ ਵਿੱਚ ਹੈ, ਨਾ ਆਮ ਆਦਮੀ ਪਾਰਟੀ ਸਟੈਂਡ ਲੈਣ ਦੀ ਹੈਸੀਅਤ ਦੇ ਵਿੱਚ ਹੈ ਗੌਰਮੈਂਟ ਕਿਸੇ ਵੀ ਉਸ ਮਾਮਲੇ ਦੇ ਉੱਤੇ, ਤੇ ਕਾਂਗਰਸ ਨੇ ਤਾਂ ਮੋਰਚਾ ਲਾਇਆ ਹੀ ਕਰਦਾ ਪੰਜਾਬ ਦੇ ਵਿੱਚ ਇਹਨਾਂ ਮੁੱਦਿਆਂ ਤੇ। ਬੀਜੇਪੀ ਉੱਥੇ ਚੁੱਪ ਕਰਕੇ ਜਿਹੜਾ ਇੱਕ ਜਿਹੜਾ ਸਾਲਸ ਵਾਲਾ ਰੋਲ ਕਿ ਮੈਂ ਉੱਥੇ ਬੈਠਿਆ, ਸਾਲਸ ਨਹੀਂ ਕਰਨੀ ਪਰ ਤੁਸੀਂ ਲੜੋ, ਅਸੀਂ ਤੁਹਾਡੀ ਗੇਮ ਦੇਖ ਰਹੇ ਹਾਂ ਤੇ ਤੁਸੀਂ ਲੜਦੇ ਕਿਵੇਂ ਹੋ, ਤੁਸੀਂ ਉਸ ਹਾਲਤ 'ਚ ਬੈਠੇ ਹੋਏ ਹੋ। ਇਸ ਲਈ ਮੈਨੂੰ ਇਹ ਲੱਗਦਾ ਕਿ ਸਭ ਤੋਂ ਬੜਾ ਮਜ਼ਾਕ ਹੋ ਰਿਹਾ ਹੈ, ਇੱਕ ਡਰਾਮਾ ਜਿਹੜਾ ਡਰਾਮੇ ਦਾ ਸੀਨ ਹੁੰਦਾ, ਜਿਵੇਂ ਉੱਥੇ ਐਕਟਰ ਹੁੰਦੇ ਨੇ ਵੱਖ ਵੱਖ, ਇਹ ਐਕਟਰ ਆਪਣਾ ਰੋਲ ਪਲੇ ਕਰ ਰਹੇ ਨੇ, ਇਹਦੇ 'ਚੋਂ ਪੰਜਾਬ ਲਈ ਕੱਢਣ ਪਾਉਣ ਨੂੰ ਕੁਝ ਨਹੀਂ ਹੈ। ਜੇਕਰ ਰੀਅਲ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਰੀਅਲ ਸਿਆਸਤ ਹੁੰਦੀ ਤਾਂ ਇਕੱਲੇ 1 ਤਰੀਕ ਤੋਂ ਬਾਅਦ ਇਹ ਮਾਮਲਾ ਠੱਪ ਨਹੀਂ ਸੀ ਹੁੰਦਾ, ਤਾਂ ਹਰ ਪਾਰਟੀ ਪਾਣੀ ਦੇ ਮੁੱਦੇ ਉੱਤੇ ਆਪਣੇ ਲੋਕਾਂ ਦੀ ਮੋਬਲਾਈਜੇਸ਼ਨ ਲਈ, ਉਹਨਾਂ ਦੀ ਐਜੂਕੇਸ਼ਨ ਲਈ ਕੋਈ ਸੈਮੀਨਾਰ ਕਰਦੀ, ਕੋਈ ਰੈਲੀਆਂ ਕਰਦੀ, ਕੋਈ ਕਾਨਫਰੰਸਾਂ ਕਰਦੀ, ਕੋਈ ਕੁਝ ਹੋਰ ਕਰਦੀ। ਔਰ ਜੇ ਉੱਥੇ ਨਹੀਂ ਗਏ ਵਿਰੋਧੀ ਧਿਰ ਦੇ ਲੀਡਰ 1 ਤਰੀਕ ਨੂੰ, ਤਾਂ ਉਦੋਂ ਬਾਅਦ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਐਫਰਟ ਕਰੇ, ਸਾਰਿਆਂ ਨੂੰ ਕੰਟੈਕਟ ਕਰੇ, ਪੰਜਾਬ ਦੇ ਲੋਕਾਂ ਨੂੰ ਜੋ ਵੱਖ ਵੱਖ। ਤੇ ਸਾਡਾ ਚੀਫ ਮਿਨਿਸਟਰ ਹਰ 2-3 ਦਿਨ ਕਦੇ ਮਤਲਬ ਪਾਰਟ ਟਾਈਮਰ ਚੀਫ ਮਿਨਿਸਟਰ ਦੀ ਤਰ੍ਹਾਂ ਬਿਹੇਵ ਕਰਨ ਲੱਗ ਗਏ ਨੇ ਕਿ ਜਿਹੜਾ ਵੀਕਐਂਡ ਹੋਏਗਾ ਉਹ ਕਦੇ ਮੱਧ ਪ੍ਰਦੇਸ਼ ਹੋਏਗਾ, ਕਦੇ ਛਤੀਸਗੜ੍ਹ ਹੋਏਗਾ, ਕਦੇ ਕਿਤੇ ਹੋਏਗਾ, ਉਹ ਆਪਣੀ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਾਉਣ 'ਚ ਲੱਗੇ ਨੇ। ਤੇ ਇਸੇ ਤਰ੍ਹਾਂ ਅਕਾਲੀ ਆਪਣੀ ਪਾਰਟੀ ਨੂੰ ਬਚਾਉਣ ਉਹ ਸਰਵਾਈਵਲ ਦੇ ਕੁਐਸਚਨ ਪਏ ਨੇ, ਕਦੇ 4 ਬੁੱਧੀਜੀਵੀ ਬੁਲਾ ਲਏ ਹੁਣ ਕਿਵੇਂ ਸਰਵਾਈਵ ਕਰੀਏ, ਕਦੇ SGPC ਨੂੰ ਮੋਹਰਾ ਬਣਾ ਕੇ ਤੋੜਤਾ ਗਵਰਨਰ ਦੇ ਕੋਲ, ਤੇ ਜਿਹੜੀ ਲੜਾਈ ਤੁਸੀਂ ਲੜਨੀ ਆ ਉਹ ਕੌਣ ਲੜੂਗਾ? ਦੂਜਿਆਂ ਦੇ ਮੋਢੇ ਤੇ ਰੱਖ ਕੇ ਥੋੜੀ ਲੜਾਓਗੇ ਇਸ ਲੈਵਲ ਦੀ? ਕਾਂਗਰਸ ਹੀ ਖਾਮੋਸ਼ ਨੇ ਸਾਰੇ ਸੈਟਅਪ ਦੇ ਵਿੱਚ, ਉਦੋਂ ਲਗਾਤਾਰ ਲੈ ਕੇ। ਇਸ ਲਈ ਮੇਜਰ ਮੁੱਦਾ ਡਿਸਕ੍ਰਿਮੀਨੇਸ਼ਨ ਦਾ ਮੁੱਦਾ, ਚਾਹੇ ਉਹ ਪਰਾਲੀ ਦਾ ਮੁੱਦਾ ਸਾਡੇ ਸਾਹਮਣੇ ਆਇਆ ਸੀ ਇਨਵਾਇਰਮੈਂਟ ਦੇ ਮੁੱਖ ਮੁੱਖ ਮਾਮਲੇ 'ਚ, ਚਾਹੇ ਪਾਣੀ ਦਾ ਮੁੱਦਾ ਸਾਡੇ ਸਾਹਮਣੇ ਆਇਆ ਅੰਡਰਗਰਾਊਂਡ ਵਾਟਰ ਦਾ, ਜਾਂ ਨਹਿਰੀ ਪਾਣੀ ਦੀ ਵੰਡ ਦਾ ਸਵਾਲ ਜਿਹੜਾ ਸਾਡੇ ਸਾਹਮਣੇ ਆ,
ਔਰ ਇਹ ਸਾਰੇ ਮੁੱਦੇ ਪੰਜਾਬ ਦੀ ਹੋਂਦ ਦੇ ਮੁੱਦੇ ਨੇ, ਐਗਜ਼ਿਸਟੈਂਸ ਦੇ ਮੁੱਦੇ ਨੇ। ਤੁਸੀਂ ਰਲ ਕੇ ਇੱਕ ਨੈਰੇਟਿਵ 'ਚ ਪੰਜਾਬ ਨੂੰ ਪਿੱਠ ਦਿਖਾ ਰਹੇ ਹੋ ਤੇ ਪੰਜਾਬ ਦੀ ਗੱਲ ਸੋਲਿਡਲੀ ਨਹੀਂ ਕਹਿ ਰਹੇ ਨੈਸ਼ਨਲ ਮੰਚ ਤੇ ਇੰਟਰਨੈਸ਼ਨਲ ਮੰਚਾਂ ਤੇ ਆਪਣੇ ਮੰਚ ਦੇ ਵਿੱਚ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਅਨਰਿਟਨ ਅੰਡਰ ਹੈਂਡ ਬਿਨਾਂ ਟੇਬਲ ਤੇ ਬੈਠੇ ਇੱਕ ਐਗਰੀਮੈਂਟ ਹੈ ਸਾਡੇ ਪੋਲੀਟੀਸ਼ੀਅਨ ਦਾ ਆਪਸ ਦੇ ਵਿੱਚ ਵੀ ਆਪਾਂ ਗੇਮ ਇਸ ਢੰਗ ਨਾਲ ਖੇਡਣੀ ਹੈ ਤੇ ਉਹ ਖੇਡਦੇ ਰਹਾਂਗੇ, ਕੋਈ ਗੱਲ ਨੀ। ਬਾਕੀ ਦੀ ਸੀਰੀਅਸ ਪੋਲੀਟਿਕਸ ਜਦੋਂ ਹੋਏਗੀ ਦੇਖੀ ਜਾਏਗੀ। ਸੀਰੀਅਸ ਪੋਲੀਟਿਕਸ ਅਗਲੇ ਦਿਨਾਂ ਚ ਹੋਏਗੀ ਜਿਹੜੀ ਦਿਖਾਏਗੀ ਜੇਕਰ ਕਿਸਾਨ ਆਰਗੇਨਾਈਜ਼ਰਾਂ ਨੇ ਉਵੇਂ ਮੋਰਚਾ ਪਾਣੀ ਤੇ ਇਨਵਾਇਰਮੈਂਟ ਤੇ ਲਾਇਆ ਜਿਵੇਂ ਪਹਿਲਾਂ ਦਿੱਲੀ ਦੇ ਵਿੱਚ ਲਾਇਆ ਸੀ, ਜਿਹੜਾ ਕਿ ਉਹ ਕਹਿੰਦੇ ਨੇ ਦਸੰਬਰ ਚ ਲਾਉਣਾ ਹੈ, ਤਾਂ ਉੱਥੋਂ ਸੀਰੀਅਸ ਪੋਲੀਟਿਕਸ ਸ਼ੁਰੂ ਹੋਏਗੀ ਐਕਚੁਅਲੀ। ਉਦੋਂ ਇਹ ਪਾਰਟੀਆਂ ਜਿਵੇਂ ਪਹਿਲੇ ਮੋਰਚੇ ਦੇ ਦੌਰਾਨ ਪਿੱਛੇ ਪਿੱਛੇ ਫਿਰਦੀਆਂ ਸੀ ਵੀ ਅਸੀਂ ਰੈਲੀ ਕਰ ਲਈਏ, ਅਸੀਂ ਨਾ ਕਰ ਲਈਏ, ਤੁਹਾਡੀ ਸਟੇਜ ਤੇ ਆ ਜਾਈਏ, ਅਸੀਂ ਨਾ ਆ ਜਾਈਏ। ਤਾਂ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਪੋਲੀਟਿਕਸ ਕਰਨੀ ਹੁੰਦੀ ਆ ਉਹ ਪੋਲੀਟਿਕਸ ਨਹੀਂ ਕਰ ਰਹੀਆਂ। ਜਿਨ੍ਹਾਂ ਦਾ ਕੰਮ ਪੋਲੀਟਿਕਸ ਨਹੀਂ ਹੁੰਦਾ ਐਕਚੁਅਲੀ ਤੇ ਉਹਨਾਂ ਦਾ ਕੰਮ ਆਪਣੀਆਂ ਮੰਗਾਂ ਮਸਲੇ ਹੁੰਦਾ, ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਉਹਨਾਂ ਇਸ਼ੂ ਨੂੰ ਸੀਰੀਅਸ ਟੇਕ ਅਪ ਕਰਨ ਦੇ ਲਈ ਪੋਲੀਟਿਕਸ ਕਰਨ ਦੇ ਵਾਸਤੇ। ਇਹ ਪੰਜਾਬ ਦੇ ਸਾਹਮਣੇ ਇੱਕ ਦਿਖਾਈ ਦੇ ਰਹੀ ਸਾਕਸ਼ਾਤ ਪਿਕਚਰ ਹੈ ਤੇ ਇਹਦੇ ਚ ਕੋਈ ਗੱਲ ਨੀ, ਪੰਜਾਬੀਆਂ ਤੋਂ ਕੋਈ ਗੱਲ ਇਹ ਛੁਪੀਆਂ ਨੀ ਹੋਈਆਂ ਕਿ ਕਿਹਨੇ ਕੀ ਕੀਤਾ, ਕਿਹਦਾ ਰੋਲ ਹੈ, ਕਿਹਦਾ ਨਹੀਂ, ਬਾਲਾਸਰ ਜਾਂਦਾ ਸੀ ਨਹੀਂ ਜਾਂਦਾ ਸੀ ਪਾਣੀ, ਜੇ ਇਹ ਕਾਹਦਾ ਮਜ਼ਾਕ ਹੈ ਇਹ ਕਰਨ ਦੇ ਲਈ। ਮਜ਼ਾਕ ਕੱਲਾ ਇੱਕ ਨਹੀਂ ਕਰ ਰਹੇ ਤੁਸੀਂ, ਮਜ਼ਾਕ ਹੋਰ ਵੀ ਕਰ ਰਹੇ ਹੋ। ਰੋਜ਼ ਜਿਹੜਾ ਮਿਆਰ ਹੈ ਭਾਸ਼ਾ ਦਾ ਇੱਕ ਦੂਜੇ ਦੇ ਪ੍ਰਤੀ, ਕੋਈ ਕਹਿੰਦਾ ਡਰੱਗੀ ਚੀਫ ਮਿਨਿਸਟਰ, ਸ਼ਰਾਬੀ ਚੀਫ ਮਿਨਿਸਟਰ, ਦੂਜਾ ਬੰਦਾ ਕਹਿੰਦਾ ਕਿ ਇਹੋ ਜਿਹੇ ਬੰਦੇ ਨੂੰ ਤਾਂ ਮੈਂ ਸੱਦ ਹੀ ਨਹੀਂ ਸੀ ਰਿਹਾ, ਇਹ ਤਾਂ ਕੁਦਰਤੀ ਪ੍ਰਧਾਨ ਹੈ, ਸੱਦਣਾ ਹੀ ਤਾਂ ਪੈ ਰਿਹਾ। ਅਸੀਂ ਕੀ ਕਹਿ ਰਹੇ ਹਾਂ ਇੱਕ ਦੂਜੇ, ਕਿਹਦੇ ਲੀਡਰ ਹੋਣ ਦੀ ਹੈਸੀਅਤ ਅਸੀਂ ਰੱਖ ਰਹੇ ਹਾਂ ਉਸ ਪੱਧਰ ਦੇ ਉੱਤੇ ਜਾ ਕੇ। ਮੈਨੂੰ ਲੱਗਦਾ ਪੰਜਾਬੀ ਸੋਸਾਇਟੀ ਨੂੰ ਆਪਣੇ ਲੀਡਰਾਂ ਨੂੰ ਨਕੇਲ ਪਾਉਣ ਦੇ ਵਾਸਤੇ ਪੋਲੀਟੀਕਲੀ ਲਿਟਰੇਟ ਹੋਣਾ ਪਏਗਾ, ਪੋਲੀਟੀਕਲੀ ਅਵੇਅਰ ਹੋਣਾ ਪਏਗਾ, ਉਹਨਾਂ ਦੀ ਖੇਡ ਦਾ ਹਿੱਸਾ ਬਣਨ ਤੋਂ ਗੁਰੇਜ਼ ਕਰਨਾ ਪਏਗਾ। ਤੇ ਜਿਹੜੀ ਖੇਡ ਚੋਂ ਧੱਕ ਕੇ ਲਿਜਾ ਰਹੇ ਨੇ ਇਹਨੂੰ ਕੱਲਾ ਦਰਸ਼ਕ ਦੇ ਰੂਪ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ। ਬਹੁਤ ਟਾਈਮ ਗੁਜ਼ਰ ਗਿਆ ਪੰਜਾਬ ਦਾ ਡਾਇਵਰਸੀਫਿਕੇਸ਼ਨ ਕਰਦੇ ਕਰਦੇ, ਪਾਣੀ ਦੀ ਬੱਚਤ ਕਰਦੇ ਕਰਦੇ 84-85 ਤੋਂ ਲੈ ਕੇ, ਹੁਣ ਉਹ ਮੌਕਾ ਨਹੀਂ ਬਚਿਆ ਕਿ ਇੰਨਾ ਜ਼ਿਆਦਾ ਗੇਮ ਦੇਖੀ ਜਾਏ ਦਰਸ਼ਕ ਬਣ ਕੇ। ਮੇਰੇ ਖਿਆਲ ਹੈ ਇਹ ਆਉਣ ਵਾਲੇ ਦਿਨਾਂ ਦੀਆਂ ਡਿਬੇਟਾਂ ਜੇਕਰ ਸੀਰੀਅਸਲੀ ਸਿਵਲ ਸੋਸਾਇਟੀ ਇਨਵੋਲਵ ਨਹੀਂ ਹੁੰਦੀ ਉਸ ਡਿਬੇਟ ਚ ਰੀਅਲ ਮੁੱਦਿਆਂ ਦੇ ਵਿੱਚ, ਉਹ ਅਜੇ ਦਰਸ਼ਕ ਬਣ ਕੇ ਬੈਠੂਗੀ, ਤਾਂ ਇਹ ਗੁਨਾਹ ਦੀ ਪਾਤਰ ਜਿਹੜੀ ਹੈ ਉਸੇ ਗੇਮ ਦਾ ਹਿੱਸੇਦਾਰ ਸਿਵਲ ਸੋਸਾਇਟੀ ਔਰ ਉਹਦਾ ਇੰਟਲੈਕਚੁਅਲ ਵੀ ਹੋਏਗਾ। ਤੁਹਾਡਾ ਮਤਲਬ ਤਾਂ ਇਹ ਹੈ ਕਿ ਇਹ ਪੋਲੀਟੀਕਲ ਪਾਰਟੀਆਂ ਬਹੁਤ ਸ਼ਾਤਰ ਨੇ, ਇਹਨਾਂ ਦੇ ਲੀਡਰ ਨੈਰੇਟਿਵ ਘੜਦੇ ਨੇ, ਲੋਕ ਜਿਹੜੇ ਨਿਤ ਪ੍ਰਤੀ ਦਿਨ ਦੇ ਮਾਮਲਿਆਂ ਚ ਉਲਝੇ ਹੁੰਦੇ ਆ, ਇਹ ਉਸ ਟ੍ਰੈਪ ਚ ਫਸਦੇ ਨੇ, ਫਿਰ ਉਸੇ ਤਰੀਕੇ ਨਾਲ ਅੱਗੇ ਵਧਿਆ ਜਾਂਦਾ ਤੇ ਬੁਨਿਆਦੀ ਮਾਮਲੇ ਪਿੱਛੇ ਰਹਿ ਜਾਂਦੇ ਆ। ਜਿਹੜੀ ਗੱਲ ਤਵੱਕੋਂ ਕਰਨੀ ਹੁੰਦੀ ਹੈ ਇਹਨਾਂ ਤੋਂ ਸਿਆਸੀ ਪਾਰਟੀਆਂ ਤੇ ਇਹਨਾਂ ਦੇ ਆਗੂਆਂ ਤੋਂ, ਉਹ ਫਿਰ ਕਦੇ ਸੋਚੀ ਵੀ ਨਹੀਂ ਜਾਂਦੀ। ਇਸ ਕਰਕੇ ਉਹ ਟ੍ਰੈਪ ਜਿਹੜਾ ਉਹ ਵੱਡਾ ਹੋਈ ਜਾਂਦਾ ਦਿਨ ਬ ਦਿਨ। ਔਰ ਇਹ ਪੋਲੀਟੀਕਲ ਬੰਦੇ ਇਸੇ ਕਰਕੇ ਤਾਂ ਮੰਨੇ ਜਾਂਦੇ ਆ ਕਿ ਇਹ ਸੁਸਾਇਟੀ ਦਾ ਸਭ ਤੋਂ ਤੇਜ਼ ਤਰਾਰ ਹਿੱਸਾ ਹੈ। ਮੈਂ ਅੱਗੇ ਵਧੂੰਗਾ ਸਦਾ ਮੈਂ ਇੱਕ ਗੱਲ ਪਹਿਲਾਂ ਪੂਰੀ ਕਰ ਦਿਓ ਜੀ। ਪੰਜਾਬ ਨੇ ਇੱਕ ਬਹੁਤ ਵੱਡੀ ਸਟਰਗਲ ਦੇਖੀ ਹੈ 1980 ਤੋਂ ਸ਼ੁਰੂ ਹੋ ਕੇ, ਤੇ ਉਸ ਸਟਰਗਲ ਨੇ ਬਿਲਕੁਲ ਪੀਸਫੁਲ ਸਟਰਗਲ ਸੀ ਇੱਕ ਪਾਸੇ, ਇੱਕ ਪਾਸੇ ਉਹਦਾ ਦੂਜਾ ਰੂਪ ਵਾਇਲੈਂਸ ਸੀਗੀ, ਮੁੱਦਾ ਪਾਣੀਆਂ ਦਾ ਵੀ ਸੀ। ਪਾਣੀਆਂ 'ਤੇ ਬਹੁਤ ਵੱਡੀ ਮੋਬਲਾਈਜੇਸ਼ਨ ਹੋਈ ਸੀ, ਉਸ ਤੋਂ ਵੱਡੀ ਲੜਾਈ ਪਾਣੀਆਂ 'ਤੇ ਨਾ ਮੋਬਲਾਈਜੇਸ਼ਨ ਕੀਤੀ ਜਾ ਸਕਦੀ ਹੈ ਨਾ ਉਹੋ ਜਿਹੀ ਲੜੀ ਜਾ ਸਕਦੀ ਹੈ। SVL ਜਿੰਨੀ ਕੁ ਬਣੀ ਸੀ ਨਾ ਇਹਦੇ 'ਚ ਖੋਰ ਹੋ ਗਿਆ ਸੀ। ਸੋ ਉਹ ਇਹ ਲੜਾਈ ਉਸ ਲੈਵਲ ਤੱਕ ਲੜੀ ਜਾ ਚੁੱਕੀ ਹੈ ਇੱਕ ਵਾਰੀ, ਅਤੇ ਪੰਜਾਬ ਦੇ ਵਿੱਚ 35-40 ਹਜ਼ਾਰ ਬੰਦਾ ਮਰ ਚੁੱਕਿਆ ਉਸ ਸਟਰਗਲ ਦੇ ਵਿੱਚ। ਅਸੀਂ ਇਹ ਗੱਲ ਬਿਲਕੁਲ ਇਗਨੋਰ ਨਹੀਂ ਕਰ ਸਕਦੇ। ਪੰਜਾਬ ਦੇ ਮੁੱਦੇ ਉਸ ਤੋਂ ਬਾਅਦ ਵੀ ਉੱਥੇ ਦੀ ਉੱਥੇ ਹੀ ਖੜ੍ਹੇ ਆ, ਦਿੱਕਤ ਇਹ ਹੈ ਸਾਰੀ ਗੱਲ 'ਤੇ ਆ ਕੇ ਜਦੋਂ ਇੰਨਾ ਕੁਛ। ਅਸੀਂ ਕਿਸਾਨ ਸਟਰਗਲ ਵੀ ਦੇਖ ਲਈ, ਬਹੁਤ ਵੱਡੀ ਸਟਰਗਲ ਚੱਲੀ, ਸਭ ਕੁਛ ਹੋਇਆ, ਲੇਕਿਨ ਐਂਡ ਰਿਜ਼ਲਟ ਕੀ ਹੋਇਆ? ਅਲਟੀਮੇਟਲੀ ਖਿੜ ਪੁੱਟ ਗਿਆ। ਸਾਨੂੰ ਵੀ ਬੜੀ ਆਸ ਸੀਗੀ ਕਿ ਇਹਦੇ ਵਿੱਚੋਂ ਇੱਕ ਨਵੀਂ ਸਿਆਸਤ ਨਿਕਲੇਗੀ, ਨਿਕਲੀ ਆਪ ਉਹਦੇ ਵਿੱਚੋਂ ਅਲਟੀਮੇਟਲੀ। ਸੋ ਹਾਲੇ ਪੰਜਾਬ ਇਹਨੇ ਫਲਕਸ ਇਹ ਮਧਾਣੀ ਪਈ ਵੀ ਹੈ, ਅਤੇ ਇਹ 'ਚੋਂ ਨਿਕਲਦਾ ਕੀ ਅਲਟੀਮੇਟਲੀ, ਇਹ ਗੱਲ ਬਾਅਦ ਸਾਹਮਣੇ ਆਏਗੀ। ਲੇਕਿਨ ਪੰਜਾਬ ਦੇ ਲੋਕ ਪਹਿਲਾਂ ਬਹੁਤ ਵੱਡੀ ਕੀਮਤ ਦੇ ਚੁੱਕੇ ਹੈ, ਪਰ ਹੁਣ ਦੀ ਲੜਾਈ ਅਜੇ ਉੱਥੇ ਹੀ ਖੜੀ ਹੈ, ਦਿੱਕਤ ਇਹ ਹੈ। ਸੋ ਇਹ ਅਗਲੀ ਲੜਾਈ ਕੀ ਸ਼ੇਪ ਲਏਗੀ, ਗੱਲ ਇਹ ਹੈ ਕਿਸ ਢੰਗ ਨਾਲ ਲੜਾਈ ਲੜੀ ਜਾਏਗੀ, ਉਹ ਬਹੁਤ ਜ਼ਰੂਰੀ ਹੈ ਦੇਖਣਾ।
ਸਦਾ ਹਮੀਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ? ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਜੇ ਲੜਾਈ ਚ ਕਾਸਟ ਦਿੱਤੀਆਂ ਇਦੋਂ ਪਹਿਲਾਂ, ਜੇ 4 ਸਦੀਆਂ ਪਹਿਲਾਂ ਚਲੇ ਜਾਈਏ ਇਦੋਂ ਵੀ ਵੱਡੀਆਂ ਕਾਸਟਾਂ ਦਿੱਤੀਆਂ ਨੇ। ਕਾਸਟ ਦਾ ਮਤਲਬ ਇਹ ਨੀ ਕਿ ਉਦੋਂ ਬਾਅਦ ਸਾਇਲੈਂਟ ਹੋ ਕੇ ਜੋ ਕੋਈ ਜਾਤੀ ਹੋ ਰਹੀ ਹੈ ਉਹਨੂੰ ਚੁੱਪ ਕਰਕੇ ਮੰਨਿਆ ਜਾਂ ਉਹਦੇ ਲਈ ਨੈਰੇਟਿਵ ਕੀ ਹੋਵੇ ਕਿ ਅਸੀਂ ਗੌਰਮੈਂਟ ਆਫ ਇੰਡੀਆ ਜਿਹੜਾ ਸਾਰੇ ਦਖਲ ਦੇ ਰਹੀ ਹੈ, ਜਿਹੜੇ ਅਨਕਨਸਟੀਟਿਊਸ਼ਨਲ ਕੰਮ ਕਰ ਰਹੀ ਹੈ, ਉਹਨੂੰ ਚੈਲੰਜ ਕੀਤੇ ਬਿਨਾਂ ਆਪਣਾ ਨੈਰੇਟਿਵ ਆਪਸ ਦੇ ਵਿੱਚ ਗਲਮੋ ਗਲਮੀ ਹੋਈ ਜਾਈਏ। ਪਹਿਲਾਂ ਨੈਰੇਟਿਵ ਸੈੱਟ ਹੁੰਦਾ। ਲੜਾਈ ਕਦੇ ਕੋਈ ਇਹ ਨਹੀਂ ਹੁੰਦੀ ਕਿ ਵੱਡੀ ਹੋ ਗਈ, ਇਦੋਂ ਵੱਡੀ ਹੋ ਨਹੀਂ ਸਕਦੀ। ਹਮੇਸ਼ਾ ਸੰਭਾਵਨਾਵਾਂ ਹੁੰਦੀਆਂ ਨੇ ਉਦੋਂ ਵੱਡੀਆਂ ਲੜਾਈਆਂ ਦੀਆਂ ਜ਼ਿੰਦਗੀ ਦੇ ਵਿੱਚ, ਔਰ ਕਈ ਵਾਰ ਸਦੀਆਂ ਲੱਗਦੀਆਂ ਨੇ। 1857 ਦੀ ਲੜਾਈ ਤੋਂ ਬਾਅਦ ਕਿ ਹੁਣ ਬਹੁਤ ਹੋ ਗਈ, ਅੰਗਰੇਜ਼ਾਂ ਨੇ ਦੱਬਤੀ, ਮੁੜ ਕੇ ਦੁਬਾਰਾ ਨਹੀਂ ਹੋਏਗੀ। ਉਦੋਂ ਬਾਅਦ ਜਿੰਨੇ ਬੰਦੇ ਗਦਰ ਮੂਵਮੈਂਟ ਆਈ ਤੇ ਗਦਰ ਮੂਵਮੈਂਟ ਦਬਾ ਦਿੱਤੀ ਗਈ ਹੈ, ਦੁਬਾਰਾ ਮੂਵਮੈਂਟ ਨਹੀਂ ਆਏਗੀ। ਤੇ ਜਿਹਦਾ ਸੂਰਜ ਨਹੀਂ ਸੀ ਛਿਪਦਾ, ਸੂਰਜ ਸੁੰਗੜ ਗਿਆ ਉੱਥੇ ਜਾ ਕੇ ਉਸ ਸਾਰੇ ਮਾਮਲੇ ਚ ਵੀ। ਹਿਸਟਰੀ ਇਹ ਗੱਲ ਵੀ ਪ੍ਰੂਵ ਕਰਦੀ ਹੈ। ਔਰ ਇਸੇ ਕਰਕੇ ਇਹ ਹੈ ਕਿ ਖਾਸ ਤੌਰ ਤੇ ਜੀ ਚੋ ਪੰਜਾਬੀ, ਸਿੱਖ ਤੇ ਬਾਕੀ ਕਮਿਊਨਿਟੀ ਆਈ ਹੈ ਜਿਹੜੇ ਹਿਸਟਰੀ ਦੇ ਵਿੱਚੋਂ, ਉਹ ਹਿਸਟਰੀ ਵਾਰ ਵਾਰ ਜਦੋ ਜਹਿਦ ਦੇ ਵਿੱਚ ਯਕੀਨ ਰੱਖਦੀ ਹੈ। ਹਾਂ, ਇੱਕ ਗੱਲ ਕਲੀਅਰ ਹੈ ਕਿ ਜੇਕਰ ਕੋਈ ਬਾਕੀ ਦੇ ਲੋਕ ਜਿਹੜੇ ਤੁਹਾਡੀ ਸਟਰਗਲ ਨੂੰ ਮਤਲਬ ਡਾਇਵਰਟ ਕਰਨ ਦੀ ਟਰਾਈ ਕਰਦੇ ਨੇ, ਉਹ ਪੀਸਫੁਲ ਮੂਵਮੈਂਟ ਸੀ ਬਿਲਕੁਲ। ਔਰ ਜਿੰਨਾ ਕੁਝ ਵੀ ਹੁਣ ਤੱਕ ਲਿਟਰੇਚਰ ਆਇਆ, ਇਹ ਤੇ ਮੰਥਨ ਕੌਣ ਕਰੇਗਾ ਕਿ ਕਿਹਨੇ ਫੁੱਟ ਪਾਈ, ਕਿਹਨੇ ਆਰਮਡ ਸਟਰਗਲ ਨੂੰ ਫੋਕਸ ਕੀਤਾ, ਕਿਹਨੇ ਕਿਹੜੀ ਚੀਜ਼ ਨੂੰ ਹਵਾ ਦਿੱਤੀ। ਅਸੀਂ ਉਹ ਮੰਥਨ ਕਰਨ ਤੋਂ ਗੁਰੇਜ਼ ਕਰ ਰਹੇ ਹਾਂ ਅਸਲ ਦੇ ਵਿੱਚ, ਓਵਰਆਲ ਕਮਿਊਨਿਟੀ ਦੇ ਤੌਰ ਤੇ ਵੀ ਤੇ ਸਾਰੇ ਬਾਕੀ ਦੀਆਂ ਗੱਲਾਂ ਦੇ ਬਾਅਦ। ਫਿਰ ਤੋਂ ਸਿੱਟੇ ਕੱਢ ਕੇ ਬਿਨਾਂ ਸ਼ੱਕ ਫਿਊਚਰ ਦੀ ਲੜਾਈ ਪੀਸਫੁਲ ਲੜਾਈ ਹੋਏਗੀ, ਔਰ ਉਹ ਲੜਾਈ ਸਾਰੀ ਦੁਨੀਆ ਦਾ ਦੇਖ ਰਹੀ ਹੈ ਤੇ ਬਾਕੀ ਵੀ। ਕਿਸਾਨ ਅੰਦੋਲਨ ਇੱਕ ਕਿਸਾਨੀ ਅੰਦੋਲਨ ਸੀ, ਇੱਕ ਆਪਣੇ ਮੁੱਦਿਆਂ ਤੇ, ਇੱਕ ਮਿਨੀਮਮ ਏਜੰਡੇ ਤੇ। ਉਹਦੇ ਚੋਂ ਜਦੋਂ ਉਮੀਦ ਅਸੀਂ ਤਾਂ ਲਾ ਰਹੇ ਹਾਂ ਕਿ ਉਹ ਸਾਰੀ ਪੋਲਿਟਿਕਸ ਵੀ ਬਦਲ ਦੇ, ਕਿਉਂਕਿ ਪੋਲਿਟਿਕਸ 'ਚ ਖਲਾ ਆਏ। ਜਦੋਂ ਪੋਲੀਟੀਕਲ ਧਿਰਾਂ ਪੋਲੀਟੀਕਲ ਏਮ ਤੇ ਲੜਾਈ ਲੜਨਗੀਆਂ ਤਾਂ ਉੱਥੇ ਚੋਂ ਅਲਟਰਨੇਟਿਵ ਪੋਲੀਟਿਕਸ ਨਿਕਲਦੀ ਹੈ ਹਮੇਸ਼ਾ ਜਦੋਂ ਵੀ ਜਾਂਦੀਆਂ ਨੇ। ਪਰ ਸਾਡੇ ਕੋਲ ਜਿਹੜੀਆਂ ਹੁਣ ਐਗਜਿਸਟਿੰਗ ਪੋਲੀਟਿਕਲ ਧਿਰਾਂ ਨੇ, ਉਹ ਉੱਧਰ ਧਿਆਨ ਨਹੀਂ ਦੇ ਰਹੀਆਂ, ਉੱਧਰ ਸੋਚ ਵੀ ਨਹੀਂ ਰਹੀਆਂ, ਉਹਦੇ ਤੇ ਨੈਰੇਟਿਵ ਨਹੀਂ। ਤਾਂ ਫਿਰ ਕਿਹਦੀ ਜ਼ਿੰਮੇਵਾਰੀ ਬਣਦੀ? ਜ਼ਿੰਮੇਵਾਰੀ ਸਿਵਲ ਸੁਸਾਇਟੀ ਦੀ, ਜਨਤਕ ਆਰਗੇਨਾਈਜੇਸ਼ਨਾਂ ਦੀ, ਲੀਡਿੰਗ ਰੋਲ ਦੇ ਵਿੱਚ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਸਮਝ ਹੈ, ਉਹਨਾਂ ਸਭ ਦੀ ਜ਼ਿੰਮੇਵਾਰੀ ਬਣੂਗੀ। ਜਾਂ ਫਿਰ ਇਹ ਤਰੀਕਾ ਵੀ ਬੈਠ ਜਾ ਜਾਏ, ਦੇਖੋ ਦਰਸ਼ਕ ਦੀ ਤਰ੍ਹਾਂ ਉਹਨਾਂ ਚਿਰ, ਜਿੰਨਾ ਚਿਰ ਕੁਝ ਨਹੀਂ ਹੋਰ ਨਹੀਂ ਜਾਂਦਾ, ਇਹ ਤਾਂ ਹੋਣਾ ਨਹੀਂ ਕੁਝ ਵੀ। ਇਹ ਨੇਚਰ ਦਾ ਵੀ ਲਾ ਹੈ ਤੇ ਬਾਕੀ ਵੀ ਚੀਜ਼ਾਂ, ਉਹਦੇ ਲਈ ਤਰੱਦਦ ਕਰਨ ਦੀ ਲੋੜ ਪਏਗੀ ਹਮੇਸ਼ਾ। ਸਦਾ ਜਗਤਾਰ ਸਿੰਘ, ਦੇਖੋ ਪਹਿਲਾਂ 2017 ਦੇ ਨੇੜੇ ਆ ਕੇ ਲੋਕਾਂ ਨੂੰ, ਪੰਜਾਬੀਆਂ ਨੂੰ ਔਰ ਸਾਡੇ ਜਰਨਲਿਸਟਾਂ ਨੂੰ ਵੀ ਆਪ ਤੇ ਬੜੀ ਆਸ ਸੀਗੀ। ਮੈਂ ਪਹਿਲੀ ਵਾਰੀ ਫਨਾਮਨਾ ਦੇਖਿਆ ਕਿ ਸਾਡੇ ਜਰਨਲਿਸਟ ਆਪ ਅਰਵਿੰਦ ਕੇਜਰੀਵਾਲ ਨਾਲ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ ਤੇ ਪਾ ਰਹੇ ਸੀਗੇ। ਹੌਲੀ ਹੌਲੀ ਉਹ ਸਾਰਾ ਚੇਂਜ ਹੋ ਗਿਆ, ਬੜੀ ਜ਼ੋਰ ਲੱਗਿਆ ਸਾਡੇ ਸੈਕਸ਼ਨ ਦਾ, ਸਾਡੇ ਭਰਾਵਾਂ ਦਾ ਵੀ, ਬਈ ਆਪ ਆ ਰਹੀ ਹੈ ਜੀ, ਸਭ ਨੂੰ ਪਤਾ ਇਸ ਚੀਜ਼ ਦਾ। ਹਾਂਜੀ, ਉਹ ਸਿਚੁਏਸ਼ਨ ਬਦਲਦੀ ਰਹਿੰਦੀ ਹੈ। ਜਦੋਂ ਮੈਂ ਕਹਿੰਦਾ ਕਿ ਇਹ ਲੋਕਾਂ ਨੇ ਬੜੀ ਕੀਮਤ ਦਿੱਤੀ ਹੈ, ਜਦੋਂ ਪਹਿਲੀਆਂ ਸਟਰਗਲ ਚੱਲਦੀਆਂ ਸੀ ਨਾ, ਉਦੋਂ ਉਹਨਾਂ ਦਾ ਕੋਈ ਮੁੱਲ ਨਹੀਂ ਸੀ ਵੱਟਦਾ ਹੁੰਦਾ, ਫਰਕ ਇੱਕ ਹੈ। ਹੁਣ ਜਿਸ ਬੰਦੇ ਨੇ, ਫਿਰ ਮੈਨੂੰ ਵਾਰ ਵਾਰ ਉਹ ਨਾਂ ਲੈਣਾ ਪੈਂਦਾ, ਜਿਹਨੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਕਮਿਟਮੈਂਟ ਤੇ, ਉਹਨੂੰ ਕਹਿੰਦਾ ਵੀ ਅੱਤਵਾਦੀ ਹੈ। ਇਹ ਰਿਕਾਰਡ ਦਾ ਪਾਰਟ ਹੈ ਬਈ ਇਹ ਸਟਰਗਲ ਕਿੱਥੋਂ ਵੈਪਨਾਈਜ਼ ਹੋਈ, ਕਿੱਥੋਂ ਆਮ ਸਟਰਗਲ ਬਣੀ। ਜਦੋਂ ਇਹ ਮੋਰਚਾ ਲਾਂਚ ਹੋਇਆ 4 ਅਗਸਤ 1982, ਉਦੋਂ ਤੱਕ ਪੰਜਾਬ ਦੇ ਵਿੱਚ ਜਿਹੜੀ ਆਮ ਸਟਰਗਲ ਹੈ ਉਹ ਸ਼ੁਰੂ ਹੋ ਚੁੱਕੀ ਸੀ। ਮੋਰਚਾ ਬਾਅਦ ਦੇ ਵਿੱਚ ਲੱਗਦਾ, ਉਹ ਸਟਰਗਲ ਪਹਿਲਾਂ ਚੱਲ ਪਈ ਹੈ। ਉਹ ਸਟਰਗਲ 24 ਅਪ੍ਰੈਲ 1980 ਨੂੰ ਸ਼ੁਰੂ ਹੋ ਗਈ ਸੀਗੀ, ਜਿਹਦੀ ਜੜ 13 ਅਪ੍ਰੈਲ 1978 ਦੇ ਵਿੱਚ ਸੀ। ਉਹ ਸਾਰਾ ਰਿਕਾਰਡ ਦਾ ਪਾਰਟ ਹੈਗਾ, ਉਹ ਪਿਆ ਕੋਈ ਐਸੀ ਗੱਲ ਨਹੀਂ ਉਹਦੇ ਵਿੱਚ। ਲੇਕਿਨ ਉਸ ਤੋਂ ਬਾਅਦ ਤੁਸੀਂ ਦੇਖੋ ਬਾਕੀ ਕੀ ਕਮਿਟਮੈਂਟ ਦਾ ਲੈਵਲ ਉਹ ਸੀ ਬਾਕੀ ਲੀਡਰ ਦਾ। ਹੁਣ ਲੋਕ ਕਦੋਂ ਤੱਕ ਲੋਕ ਮਰੀ ਜਾਣ, ਜਿਹੜੇ ਮਰਦੇ ਹੈ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ। ਅੱਜ ਵੀ ਉਹ ਸੰਘਰਸ਼, ਸ਼ਾਂਤਮਈ ਸੰਘਰਸ਼ ਦੇ ਜਿਹੜੇ ਉਹ ਯੋਧੇ ਹੈਗੇ ਆ, ਉਹਨਾਂ ਦੇ ਸਾਨੂੰ ਨਾਮ ਵੀ ਨਹੀਂ ਪਤਾ। ਕਦੋਂ ਤੱਕ ਇਹ ਕੀਮਤ ਦੇਈ ਜਾਣਗੇ? ਗੱਲ ਇਹ ਹੈ, ਲੜਾਈ ਉਹਨਾਂ ਦੀ ਹੋਣਦੀ ਹੈ, ਲੜਨੀ ਪੈਣੀ ਹੈ, ਲੇਕਿਨ ਕੀ ਇਹ ਜਿਹੜੀ ਮੌਕਾ ਪ੍ਰਸਤ ਲੀਡਰਸ਼ਿਪ ਹੈ ਇਹਨੂੰ ਅੱਗੇ ਲਾ ਕੇ ਲੜੀ ਜਾਏਗੀ? ਕਿਸਾਨ ਸਟਰਗਲ ਅਸੀਂ ਪਹਿਲਾਂ ਦੇਖ ਚੁੱਕੇ। ਇਹ ਬਹੁਤ ਸੀਰੀਅਸ ਇਸ਼ੂ ਹੈ। ਇਹਦੇ ਉੱਤੇ ਮੈਨੂੰ ਇੰਝ ਲੱਗਦਾ ਹੈ ਕਿ ਕਿਸੇ ਵੀ ਸਿੱਟੇ ਤੱਕ ਪਹੁੰਚਣਾ ਜਲਦਬਾਜ਼ੀ ਹੋਊਗੀ, ਔਰ ਇਹਦੇ ਵਿੱਚ ਹੋਰ ਧਰਾਵਾਂ, ਹੋਰ ਵਿਚਾਰਾਂ ਦੇ ਲੋਕ ਵੀ ਸ਼ਾਮਿਲ ਹੋਣੇ ਚਾਹੀਦੇ ਆ। ਪਰ ਅੱਜ ਸਮੁੱਚੇ ਰੂਪ ਦੇ ਵਿੱਚ ਇੱਕ ਚੀਜ਼ ਉੱਭਰ ਕੇ ਆਉਂਦੀ ਆ ਕਿ ਲੜਨ ਵਾਲੇ ਲੋਕ ਕਦੇ ਮੁਲਾਂਕਣ ਵੀ ਕਰਦੇ ਹੁੰਦੇ ਆ, ਸਮਾਨਾਂਤਰ ਕੀ ਕਦੇ ਕੋਈ ਇਸ ਤਰੀਕੇ ਨਾਲ ਵੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਕਿ ਅਸੀਂ ਕਿੰਨੀ ਪ੍ਰਾਪਤੀ ਕੀਤੀ ਤੇ ਕਿੰਨਾ ਕੁਝ ਗਵਾਇਆ। ਹਾਲਾਂਕਿ ਇਹ ਗੱਲ ਨੂੰ
ਜਜ਼ਬਾਤੀ ਲੋਕ ਛੋਟਾਪਣ ਕਹਿੰਦੇ ਆ, ਇਹ ਬਹੁਤ ਛੋਟੀ ਸਮਝ ਵਾਲਿਆਂ ਨੂੰ ਇਸ ਤਰ੍ਹਾਂ ਦਾ ਮੰਨਿਆ ਜਾਂਦਾ ਜਿਹੜੇ ਕਹਿੰਦੇ ਤੁਸੀਂ ਇੰਨਾ ਗਵਾ ਕੇ ਕੱਢਿਆ ਕੀ। ਲੇਕਿਨ ਜਦੋਂ ਕੌਮਾਂ ਬਾਰ ਬਾਰ ਸੱਟ ਖਾਂਦੀਆਂ ਨੇ, ਜਦੋਂ ਕੋਈ ਕਮਿਊਨਿਟੀਜ਼ ਬਾਰ ਬਾਰ ਸੱਟ ਖਾਂਦੀਆਂ ਨੇ, ਉਸ ਤੋਂ ਬਾਅਦ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਪ੍ਰਾਪਤੀ ਕੀ ਹੋਈ, ਅਸੀਂ ਕਿੰਨਾ ਕੁ ਸਿਰ ਜੋੜ ਕੇ ਬੈਠ ਸਕੇ ਹਾਂ, ਇੱਕ ਦੂਜੇ ਨੂੰ ਸਮਝਣ ਦਾ ਯਤਨ ਕੀਤਾ, ਅਸੀਂ ਹਰ ਜਗ੍ਹਾ ਲੜ ਹੀ ਕਿਉਂ ਪੈਂਦੇ ਹਾਂ, ਇਹ ਵੀ ਸਵਾਲ ਉੱਠਦਾ ਹੈ। ਬਹੁਤ ਸਾਰੇ ਵਿਚਾਰਵਾਨ ਇਕੱਠੇ ਹੋ ਕੇ ਗੱਲ ਕਿਉਂ ਨਹੀਂ ਕਰ ਪਾਉਂਦੇ, ਹਰ ਮੰਚ ਦੇ ਉੱਤੋਂ ਵੱਖਰੀ ਵਿਚਾਰ ਵਾਲਿਆਂ ਦੇ ਆਪਸ ਵਿੱਚ ਡਾਂਗ ਸੋਟੇ ਨਾਲ ਗੱਲ ਕਿਉਂ ਖਤਮ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਗੁਰੂ ਨਾਨਕ ਦੀ ਫਿਲਾਸਫੀ ਨਾਲੋਂ ਬਹੁਤ ਵਿੱਥ ਬਣਾ ਕੇ ਚੱਲਦੇ ਆ ਇਹ ਮਸਲੇ ਹੱਲ ਨਹੀਂ ਹੋਣੇ। ਸਰਦਾਰ ਜਗਤਾਰ ਸਿੰਘ ਜੀ, ਆਪਾਂ ਅਗਲੇ ਮੁੱਦੇ ਵੱਲ ਚਲੇ ਚੱਲੀਏ, ਇਸ ਮੁੱਦੇ ਨੂੰ ਫਿਰ ਲਿਆਉਂਦੇ ਹਾਂ ਕਿਸੇ ਦਿਨ ਚਰਚਾ ਦੇ ਵਿੱਚ, ਪਰ ਸਵਾਲ ਇਸ ਗੱਲ ਦਾ ਹੈ ਕਿ ਹੁਣ ਜਦੋਂ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ 'ਚ ਯੂਕੇ ਵਾਲਾ ਇੱਕ ਕੋਣ ਵੀ ਨਾਲ ਹੈ, ਭਾਰਤ ਦੇ ਵਿਦੇਸ਼ ਮੰਤਰੀ ਜਦੋਂ ਇਹ ਜ਼ਿਕਰ ਕਰ ਰਿਹਾ ਕਿ ਗਰਮ ਖਿਆਲੀਆਂ ਲਈ ਇਹ ਦੇਸ਼ ਆਪਣੀ ਧਰਤੀ ਨੂੰ ਪਨਾਹਗਾਹ ਨਾ ਬਣਨ ਦੇਣ, ਦੇ ਭਾਰਤ ਦੇ ਖਿਲਾਫ ਸਾਜਿਸ਼ਾਂ ਜਿੱਦਾਂ ਹੋ ਰਹੀਆਂ ਨੇ ਉਹਨਾਂ ਨੂੰ ਨੱਥ ਪਾਈ ਜਾਵੇ। ਇਸੇ ਦੌਰਾਨ ਇੱਕ ਇਹ ਵੀ ਸਵਾਲ ਉਠਾਇਆ ਸੀਗਾ ਕਿ ਸਾਨੂੰ ਤੁਸੀਂ ਜੇ ਕੋਈ ਤੁਹਾਡੇ ਕੋਲ ਐਵੀਡੈਂਸ ਆ, ਕੋਈ ਸਬੂਤ ਆ, ਕੋਈ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰੋ, ਅਸੀਂ ਕੋਆਪਰੇਟ ਕਰਨ ਲਈ ਤਿਆਰ ਹਾਂ। ਔਰ ਕੈਨੇਡਾ ਵਾਲੀ ਸਾਈਡ ਤੋਂ ਵੀ ਇਹ ਜ਼ਿਕਰ ਹੋਇਆ ਕਿ ਸਾਨੂੰ ਸਪੋਰਟ ਨਹੀਂ ਕੀਤਾ ਜਾ ਰਿਹਾ। ਇਹ ਵੀ ਕਿਹਾ ਗਿਆ ਕਿ ਵਪਾਰ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਅਸੀਂ ਸਥਿਤੀ ਸਪਸ਼ਟ ਨਹੀਂ ਕਰਦੇ। ਸੋ ਇੱਕ ਵਾਰੀ ਇਸ ਮੁੱਦੇ ਨੂੰ ਜ਼ੁਬਾਨ ਦੇ ਦਿਓ। 92-93 ਸਾਰੇ ਮੁਲਕ ਨੂੰ ਇਹ ਕਨਵਿੰਸ ਕੀਤਾ ਗਿਆ ਸੀਗਾ ਕਿ ਪੰਜਾਬ ਵਿੱਚੋਂ ਇਹ ਜਿਹੜੀ ਸਟਰਗਲ ਸੀ ਇਹਦਾ ਸਫਾਇਆ ਹੋ ਗਿਆ। ਅਸੀਂ ਵੀ ਮੰਨਦੇ ਸੀਗੇ, ਕਹਿੰਦੇ ਜੀ ਸ਼ਾਂਤੀ ਸਥਾਪਿਤ ਹੋ ਗਈ ਅਤੇ ਇਹ ਜਿਹੜਾ ਅੱਤਵਾਦ, ਮੈਂ ਲਫ਼ਜ਼ ਹੁਣ ਅੱਤਵਾਦ ਵਰਤੂੰਗਾ ਇਹਦੇ ਵਾਸਤੇ, ਸਰਕਾਰ ਦਾ ਲਫ਼ਜ਼ ਹੈ, ਇਹ ਵੀ ਅੱਤਵਾਦ ਖਤਮ ਹੋ ਗਿਆ ਅਤੇ ਹੁਣ ਪੰਜਾਬ ਠੀਕ ਠਾਕ ਹੈ। ਹੁਣ 5 ਦਿਨ ਦੀ ਵਿਜਿਟ ਆਪਣੇ ਐਕਸਟਰਨਲ ਅਫੇਅਰ ਮਿਨਿਸਟਰ ਜੈਸ਼ੰਕਰ ਦੀ ਸੀ ਇੰਗਲੈਂਡ ਦੇ ਵਿੱਚ, ਉੱਥੇ ਉਹਨਾਂ ਨੇ ਖਾਲਿਸਤਾਨੀਆਂ ਦਾ ਇਸ਼ੂ ਟੇਕਅਪ ਕੀਤਾ। ਆਪਾਂ ਵੀ ਤਾਂ ਹੀ ਡਿਸਕਸ ਕਰਨ ਲੱਗੇ ਹਾਂ, ਪਹਿਲਾਂ ਕੈਨੇਡਾ 'ਚ ਇਹ ਰੌਲਾ ਲਗਾਤਾਰ ਚੱਲ ਰਿਹਾ ਹਰਦੀਪ ਸਿੰਘ ਨਿੱਜਰ ਦੇ ਖਾਸ ਕਰਕੇ ਕਤਲ ਤੋਂ ਬਾਅਦ, ਅਤੇ ਹੁਣ ਇੰਗਲੈਂਡ ਦੇ ਵਿੱਚ ਜੈਸ਼ੰਕਰ ਹੋਰਾਂ ਨੇ ਇਸ਼ੂ ਟੇਕਅਪ ਕੀਤਾ ਵੀ ਜਿਹੜੀਆਂ ਇਹਨਾਂ ਦੇ ਖਾਲਿਸਤਾਨੀਆਂ ਦੀ ਐਕਟੀਵਿਟੀਜ਼ ਹੈਗੀਆਂ ਇਹ ਸਾਨੂੰ ਡੈਮੇਜ ਕਰ ਰਹੀਆਂ। ਅਤੇ ਨਾਲ ਇਹ ਕਿਹਾ ਵੀ ਠੀਕ ਹੈ ਤੁਹਾਡੇ ਫਰੀਡਮ ਆਫ ਐਕਸਪ੍ਰੈਸ਼ਨ ਹੈ, ਲੇਕਿਨ ਜਦੋਂ ਉਹ ਫਰੀਡਮ ਕਿਸੇ ਹੋਰ ਨੂੰ ਨੁਕਸਾਨ ਕਰ ਰਹੀ ਹੋਵੇ ਤਾਂ ਉਹ 'ਤੇ ਕੰਟਰੋਲ ਕਰਨਾ ਚਾਹੀਦਾ। ਆਪਾਂ ਸਾਰੇ ਇਸ ਗੱਲ 'ਤੇ ਐਗਰੀ ਕਰਦੇ, ਜਿਹੜੀ ਫਰੀਡਮ ਆਫ ਐਕਸਪ੍ਰੈਸ਼ਨ ਹੈ ਇਹਦੀ ਵੀ ਇੱਕ ਲਿਮਿਟ ਹੁੰਦੀ ਹੈ, ਜਦੋਂ ਉਹ ਡੈਮੇਜਿੰਗ ਹੋਵੇ ਉੱਥੇ ਕਰਮ ਲੱਗਣੀ ਚਾਹੀਦੀ, ਕੋਈ ਅਸੀਂ ਮਾੜੀ ਗੱਲ ਨਹੀਂ ਗੀ। ਆਪਾਂ ਇਸ ਗੱਲ ਪਹਿਲਾਂ ਮੰਨ ਕੇ ਤੁਰਦੇ ਹਾਂ ਸਾਰੀ ਗੱਲ 'ਤੇ ਆ ਕੇ, ਲੇਕਿਨ ਉਹਨੂੰ ਕਰਮ ਕਿੱਥੇ ਲੱਗਣੀ ਹੈ, ਸਾਡੇ ਮਾਪਦੰਡ ਅਤੇ ਉਹਨਾਂ ਦੇ ਮਾਪਦੰਡ ਤੋਂ ਬਾਅਦ ਜ਼ਮੀਨ ਅਸਮਾਨ ਦਾ ਫਰਕ ਹੈ। ਸਾਡੇ ਤਾਂ ਯੂਰੋਪਾ ਵਰਗੇ ਕਾਨੂੰਨ ਹੈਗੇ ਹੈ ਜਿੱਥੇ ਕੋਈ ਪੁੱਛਦਾ ਹੀ ਨਹੀਂ, ਮੁੜ ਕੇ ਅੰਦਰ ਕਰ ਦਿਓ ਬੰਦਿਆਂ ਨੂੰ। ਉਹਨਾਂ ਮੁਲਕਾਂ ਦੇ ਵਿੱਚ ਜੁਡੀਸ਼ਲ ਸਿਸਟਮ ਇਸ ਤਰ੍ਹਾਂ ਨਹੀਂ ਚੱਲਦਾ, ਉਹਨਾਂ ਦੇ ਸਿਸਟਮ ਵੱਖਰੇ ਹੈ, ਜਦਕਿ ਉਹਨਾਂ ਨੇ ਹੀ ਸਾਨੂੰ ਇਹ ਕਾਨੂੰਨ ਦਿੱਤੇ ਹੋਏ ਇੰਗਲੈਂਡ ਵਾਲਿਆਂ ਨੇ ਜੀ। ਉਹਨਾਂ ਦੇ ਆਪਣੇ ਮੁਲਕ ਦੇ ਵਿੱਚ ਇਹ ਕਾਨੂੰਨ ਨਹੀਂ ਸੀ, ਸਾਡੇ 'ਤੇ ਰਾਜ ਕਰਦੇ ਸੀਗੇ, ਇਸ ਕਰਕੇ ਗੁਲਾਮਾਂ ਨੂੰ ਕੰਟਰੋਲ ਕਰਨ ਵਾਸਤੇ ਉਹਨਾਂ ਨੇ ਕਾਨੂੰਨ ਬਣਾਏ ਸੀ। ਅਸੀਂ ਉਹ ਕਾਨੂੰਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਤਰ੍ਹਾਂ ਹੀ ਕੈਰੀ ਕਰ ਰਹੇ ਹਾਂ। ਸਾਡਾ ਵੈਲਿਊ ਸਿਸਟਮ ਵੀ ਹਜੇ ਕਲੋਨੀਅਲ ਹੈ, ਉਹਦੇ ਵਿੱਚੋਂ ਇਹ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ। ਉਹਨਾਂ ਦੇ ਜਦੋਂ ਸਮੱਸਿਆ ਆਉਂਦੀ ਹੈ ਨਾ, ਉਹਨਾਂ ਨੇ ਨਜਿੱਠੀ ਹੈ। ਸਕਾਟਲੈਂਡ ਦੀ ਸਮੱਸਿਆ ਉਹਨਾਂ ਨੇ 2 ਵਾਰੀ ਨਜਿੱਠੀ ਹੈ, ਕੈਨੇਡਾ ਨੇ ਕਿਊਬੈਕ ਦੀ ਨਜਿੱਠੀ ਹੈ, ਸਪੇਨ ਦੇ ਵਿੱਚ ਆਈ ਸੀ ਕੈਟਾਲੋਨੀਆ ਉਹਨਾਂ ਨੂੰ ਵੀ ਨਜਿੱਠੀ ਹੈ। ਉਹਨਾਂ ਡੈਮੋਕ੍ਰੈਟਿਕ ਢੰਗ ਨਾਲ ਇਸ ਮਸਲੇ ਹੱਲ ਕੀਤੇ ਆ। ਅਸੀਂ ਨਾਲ ਹੀ ਲਾ ਦਿੰਦੇ ਹਾਂ ਵੀ ਇਹ ਅੱਤਵਾਦੀ ਹੈ ਜੀ, ਇਹ ਵੱਖਵਾਦੀ ਹੈ, ਉਹਨਾਂ ਦਾ ਸਿਸਟਮ ਇਹ ਸਾਰਾ ਕੁਛ ਅਲਾਓ ਕਰਦਾ ਹੈ। ਚਲੋ ਇਹ ਤਾਂ ਹੁਣ ਇਹ ਮੁਲਕਾਂ ਦੀ ਗੱਲ ਹੈਗੀ ਹੈ, ਉੱਥੇ ਹਾਈ ਕਮਿਸ਼ਨ ਦੇ ਬਾਹਰ 2-3 ਵਾਰੀ ਪ੍ਰੋਟੈਸਟ ਹੋਇਆ, ਇੱਕ ਥੋੜ੍ਹਾ ਜਿਹਾ ਵਾਇਲੈਂਟ ਵੀ ਸੀਗਾ, ਉਸ ਤੋਂ ਬਾਅਦ ਸਾਰਾ ਰੌਲਾ ਪਿਆ ਸੀਗਾ। ਅਤੇ ਇਹ ਉਹਨਾਂ ਦੀ ਸਰਕਾਰ ਨੇ ਦੇਖਣਾ ਹੈ ਕਿ ਉਹ ਕਿੰਨਾ ਕੁ ਅਲਾਓ ਕਰ ਸਕਦੇ, ਜੇ ਉਹਨਾਂ ਦਾ ਲਾਅ ਵਾਇਲੈਂਟ ਹੋ ਰਿਹਾ ਤਾਂ ਉਹ ਐਕਸ਼ਨ ਲੈਣ, ਜੀ ਸਦਕੇ ਲੈਣ, ਉਹਦੇ 'ਚ ਕਿਹੜੀ ਮਾੜੀ ਗੱਲ ਹੈਗੀ ਹੈ, ਲੈਣਾ ਚਾਹੀਦਾ। ਲੇਕਿਨ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਨਾਲ, ਇਹ ਜਿਹੜੀ ਖਾਲਿਸਤਾਨ ਦੀ ਕੋਨਸੈਪਟ ਹੈ ਨਾ, ਪੋਸਟ ਪਾਰਟੀਸ਼ਨ 1970 ਦੇ ਵਿੱਚ ਬਰਮਿੰਗਮ ਤੋਂ ਆਈ ਸੀ ਇੰਗਲੈਂਡ ਤੋਂ ਹੀ, ਡਾਕਟਰ ਜਗਜੀਤ ਸਿੰਘ ਚੌਹਾਨ ਹੋਰੀ ਤਾਂ ਬਾਅਦ ਦੇ ਵਿੱਚ ਇੰਗਲੈਂਡ ਜਾਂਦੇ ਹੈ, ਚਰਨ ਸਿੰਘ ਪੰਛੀ ਅਤੇ ਉਹਨਾਂ ਦਾ ਹੋਰ ਜਿਹੜਾ ਬਖਸ਼ੀਰ ਸਿੰਘ ਅਤੇ ਉਹ ਜਿਹੜਾ ਗਰੁੱਪ ਸੀਗਾ ਉਹਨਾਂ ਨੇ ਸਿੱਖ ਹੋਮਲੈਂਡ ਦੀ ਗੱਲ ਕੀਤੀ ਸੀ ਸਭ ਤੋਂ ਪਹਿਲਾਂ, ਇੰਗਲੈਂਡ ਤੋਂ ਹੀ ਸ਼ੁਰੂ ਹੁੰਦਾ ਹੈ ਸਾਰਾ। ਇਸ ਕਰਕੇ ਇਹਦੀਆਂ ਜੜ੍ਹਾਂ ਸਾਰੀਆਂ ਉਹਦੇ ਵਿੱਚ ਪਈਆਂ, ਜਿਹੜੇ ਜਿਹੜਾ ਨਰੇਟਿਵ ਉੱਥੇ 70 ਦੇ ਵਿੱਚ ਬਿਲਡ ਕੀਤਾ ਗਿਆ ਸੀਗਾ।
71 ਤੋਂ ਬਾਅਦ ਜਗਜੀਤ ਸਿੰਘ ਚੌਹਾਨ ਨੇ ਉਹ ਨੈਰੇਟਿਵ ਸ਼ਾਰਪਨ ਕੀਤਾ। ਇਹ ਇਹਨਾਂ ਦਾ ਰੋਲ ਇਹ ਸੀਗਾ। ਇਹ ਕੈਨੇਡਾ ਗਏ, USA ਗਏ, ਉੱਥੇ ਇਸ਼ਤਿਹਾਰ ਦਿੱਤੇ, ਸਭ ਕੁਛ ਹੋਇਆ, ਚਲੋ ਚੱਲਦਾ ਰਿਹਾ। ਤੇ ਹੁਣ ਮੈਂ ਜਿਹੜੀ ਗੱਲ ਪਹਿਲਾਂ ਵੀ ਕੀਤੀ ਸੀ ਕਿ ਪੰਜਾਬ ਦੇ ਵਿੱਚ 35,000-40,000 ਬੰਦਾ ਮਰ ਚੁੱਕਿਆ। ਇਹ ਸਿਆਸੀ ਸਟਰਗਲ ਸੀਗੀ। ਜੇ ਇਹਨੂੰ ਕਹਿੰਦੇ ਵੀ ਕੱਲਾ ਅੱਤਵਾਦ ਸੀ, ਉਹ ਨਹੀਂ, ਉਹਦਾ ਕਾਰਨ ਹੈ ਸਿਆਸੀ। ਕਿਵੇਂ ਮੈਂ ਉਸ ਦੋ ਮਤਿਆਂ 'ਤੇ ਕੰਕਲੂਡ ਕਰੂੰਗਾ। 1992 ਦੇ ਵਿੱਚ ਅਪ੍ਰੈਲ ਦੇ ਵਿੱਚ ਯੂਨਾਈਟਿਡ ਨੇਸ਼ਨ ਨੂੰ ਇੱਕ ਮੈਂਬਰ ਨੂੰ ਸਬਮਿਟ ਕੀਤਾ ਗਿਆ। ਉਹਦੇ 'ਤੇ ਦਸਖਤ ਹੈਗੇ ਹੈ ਸਰ ਸਿਮਰਜੀਤ ਸਿੰਘ ਮਾਨ, ਜਥੇਦਾਰ ਗੁਰਚਰ ਸਿੰਘ ਟੌੜਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਹੋਰ ਵੀ ਹੈ, 3 ਨਾਂ ਪ੍ਰਮੁੱਖ। ਉਹ ਖਾਲਿਸਤਾਨ ਦਾ ਮੈਂਬਰਡਮ ਹੈ। ਉਹਦੇ 'ਚ ਕਿਹਾ ਗਿਆ, ਜੇ ਕਹੋ ਤਾਂ ਪੜ੍ਹ ਕੇ ਸੁਣਾ ਦਿੰਦਾ, ਮੇਰੇ ਸਾਹਮਣੇ ਪਿਆ, ਮੈਂ ਉਹਦੇ 'ਚ ਪੈਣਾ ਨਹੀਂ ਚਾਹੁੰਦਾ। ਇਹ 3 ਲੀਡਰ, ਇਹਨਾਂ ਦੇ ਸਿਗਨੇਚਰ ਹੈਗੇ ਖਾਲਿਸਤਾਨ ਦੇ ਮਤੇ 'ਤੇ। ਇਹਦਾ ਜਵਾਬ ਚਾਹੀਦਾ ਨਾ। ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਵਾਰੀ ਕੋਈ ਮੂੰਹੋਂ ਗੱਲ ਕਈ ਵੱਖਰੀ ਹੁੰਦੀ ਹੈ, ਇੱਥੇ ਸਾਈਨ ਹੋਏ ਵੀ। ਇਹ ਮਤਾ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਕਿਹਦੇ ਵੱਲੋਂ ਆਇਆ ਜੀ? ਇਹ SGPC ਤੇ ਅਕਾਲੀ ਦਲ ਦੋਨਾਂ ਦਾ ਇਹ ਪਹਿਲੀ ਵਾਰੀ ਹੈ ਕਿ SGPC ਕੰਸਟੀਟਿਊਸ਼ਨਲ ਬਾਡੀ, SGPC ਦਾ ਧਿਆਨ ਰੱਖਿਓ, ਇਹ ਸੰਵਿਧਾਨਿਕ ਬਾਡੀ ਹੈ, ਉਹਦੇ ਪ੍ਰਧਾਨ ਦਾ ਮਤਾ ਖਾਲਿਸਤਾਨ ਦਾ ਸਾਈਨ ਕੀਤਾ ਹੋਇਆ, ਜਿਹੜਾ UNO ਦੇ ਜਨਰਲ ਸੈਕਟਰੀ ਜਨਰਲ ਨੂੰ ਸਬਮਿਟ ਕੀਤਾ ਗਿਆ ਸੀ ਦਿੱਲੀ ਦੇ ਵਿੱਚ। ਉਸ ਤੋਂ ਬਾਅਦ ਵਾਪਸੀ ਅਕਾਲੀ ਦਲ ਨੇ ਕਦੋਂ ਕੀਤੀ ਇਸ ਮਤੇ 'ਤੇ? ਬਾਦਲ ਸਾਹਿਬ ਤਾਂ ਇਸ ਦੂਰੀਆਂ 'ਤੇ ਨਹੀਂ ਰਹੇ, ਟੌੜਾ ਸਾਹਿਬ ਵੀ ਨਹੀਂ ਰਹੇ, ਮਾਨ ਤਾਂ ਹੁਣ ਵੀ ਇਸ ਮਤੇ 'ਤੇ ਚੱਲ ਰਹੇ ਹੈਗੇ। ਸੋ ਜਿਹੜੀ ਮੌਕਾ ਪ੍ਰਸਤੀ ਦੀ ਸਿਆਸਤ ਹੈ, ਉਹ ਇਹ ਨਹੀਂ ਹੋਣੀ ਚਾਹੀਦੀ। ਜਿਨ੍ਹਾਂ ਨੇ ਇੱਕ ਵਾਰੀ ਲੜਾਈ ਵਿੱਢ ਲਈ, ਜਿਨ੍ਹਾਂ ਨੇ ਜਾਨਾਂ ਦਿੱਤੀਆਂ, ਉਹ ਤਾਂ ਨੈਰੇਟਿਵ ਹੁਣ ਤੱਕ ਚੱਲੀ ਤੁਰਿਆ ਜਾ ਰਿਹਾ, ਨੈਰੇਟਿਵ ਕਲੋਜ਼ ਕਿੱਥੇ ਹੋਏਗਾ? ਗੱਲ ਇਹ ਹੈ ਨਾ, ਜਦ ਤੱਕ ਉਹਨੂੰ ਜੜ ਦੇ ਵਿੱਚ ਨਹੀਂ ਜਾਂਦੇ, ਸਾਰਾ ਰਿਵਿਊ ਨਹੀਂ ਕਰਦੇ, ਉਹ ਤੱਕ ਇਹ ਨੈਰੇਟਿਵ ਕਲੋਜ਼ ਨਹੀਂ ਹੁੰਦਾ। ਸਮੱਸਿਆ ਕਲੋਜ਼ਰ ਦੀ ਹੈ, ਸਾਨੂੰ ਤਾਂ ਫਿਰ ਰਿਪੀਟ ਕਰਨਾ ਪੈਂਦਾ ਹੁੰਦਾ ਵੀ ਸਾਨੂੰ ਤਾਂ ਜਿਹੜੀ ਇਹ 40,000 ਲੋਕ ਮਰੇ ਆ ਸਣੇ ਬਲਿਊ ਸਟਾਰ, ਅਸੀਂ ਭੁੱਲ ਜਾਂਦੇ ਹਾਂ। ਗੱਲ ਸਿਰਫ ਇਹਨਾਂ ਮਤਿਆਂ ਦੀ ਨਹੀਂ ਹੈ, ਇਹ ਐਸਾ ਸੰਘਰਸ਼ ਸੀਗਾ, ਭਾਵੇਂ ਉਹ ਤਾਂ ਖਾਲਿਸਤਾਨ ਨਹੀਂ ਸੀਗਾ, ਜਿਹਦੇ 'ਚ ਇੱਕ ਪ੍ਰਾਈਮ ਮਿਨਿਸਟਰ ਮਹਿੰਦਰ ਗਾਂਧੀ ਦੀ ਜਾਨ ਵੀ ਗਈ ਹੈ, ਸੰਤ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਦੀ ਜਾਨ ਗਈ ਹੈ, ਫਾਰਮਰ ਆਰਮੀ ਚੀਫ ਜਨਰਲ AS ਵੈਦਿਆ, ਉਹਨਾਂ ਦੀ ਜਾਨ ਗਈ ਹੈ, ਸੰਤ ਜਰਨੈਲ ਸਿੰਘ ਭਿੰਡਰ ਵਾਲੇ, ਉਹਨਾਂ ਦੀ ਜਾਨ ਗਈ ਹੈ। ਸੋ ਜਿਹਨਾਂ ਜਿਸ ਸਟਰਗਲ ਨੇ ਇਹਨੇ ਇਹੋ ਜਿਹੇ ਲੋਕਾਂ ਦੀ ਜਾਨ ਲਈ ਹੋਵੇ, ਉਹ ਸੋਚੋ ਕਿ ਪੀਟਰ ਆਊਟ ਹੋ ਜਾਏਗੀ ਬੰਦੇ ਮਾਰ ਕੇ। ਇਹ ਸਾਇੰਟਿਫਿਕ ਸਟੱਡੀਜ਼ ਹੈਗੀਆਂ, ਮੈਂ ਆਪ ਨਹੀਂ ਕਹਿ ਰਿਹਾ, ਉਹ ਪੋਲੀਟੀਕਲ ਇਸ਼ੂਜ਼ ਇਸ ਤਰ੍ਹਾਂ ਮਰਿਆ ਨਹੀਂ ਕਰਦੇ। ਹੁਣ ਇਹ ਹੈ ਕਿ ਮੈਂ ਇੱਕ ਮਤਾ ਤੁਹਾਨੂੰ ਕੋਟ ਕੀਤਾ, ਉਸ ਤੋਂ ਬਾਅਦ ਦੂਜਾ ਮਤਾ ਸੀਗਾ, ਉਸੇ ਅੰਮ੍ਰਿਤਸਰ ਡੈਕਲਰੇਸ਼ਨ, ਉਸੇ ਡੈਮੋਕਰੈਟਿਕ ਮੈਥਡ ਇਹਨੂੰ ਕੰਟੇਨ ਕਰਦਾ ਜੀ। ਉਹ ਖਾਲਿਸਤਾਨ ਤੋਂ ਥੱਲੇ ਗੱਲ ਹੋਈ ਸੀਗੀ, ਉਹ ਸੀ ਵੀ ਆਪਾਂ ਖਾਲਿਸਤਾਨ ਦੀ ਗੱਲ ਨਹੀਂ ਕਰਨੀ, ਲੇਕਿਨ ਹੁਣ ਗੱਲ ਅਨੰਦਪੁਰ ਸਾਹਿਬ ਦੇ ਮਤੇ ਤੋਂ ਉੱਪਰ ਕਰਨੀ ਹੈ, ਖਾਲਿਸਤਾਨ ਅਤੇ ਅਨੰਦਪੁਰ ਦੇ ਮਤੇ ਦੇ ਵਿਚਾਲੇ ਇੱਕ ਡੈਮੋਕਰੈਟਿਕ ਢੰਗ ਨਾਲ ਇੱਕ ਹੋਰ ਨੈਰੇਟਿਵ ਬਿਲਡ ਕੀਤਾ ਗਿਆ, ਉਹ ਸੀ ਅੰਮ੍ਰਿਤਸਰ ਡੈਕਲਰੇਸ਼ਨ। ਉਹਦੇ ਸਿਗਨੇਚਰ ਸਿਮਰਨਜੀਤ ਸਿੰਘ ਮਾਨ, ਜਥੇਦਾਰ ਗੁਰਚਰ ਸਿੰਘ ਟੌੜਾ ਦੇ ਨਹੀਂ ਸੀਗੇ, ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸੀਗੇ, ਉਹ SGPC ਨੇ ਆਪਣੇ ਆਪ ਨੂੰ ਉਸ ਮਤੇ 'ਚੋਂ ਬਾਹਰ ਰੱਖਿਆ ਸੀਗਾ। ਸੋ ਉਹ ਰਿਕਾਰਡ ਦੇ ਵਿੱਚ ਬੜਾ ਕੁਛ ਪਿਆ, ਅਸੀਂ ਰਿਕਾਰਡ 'ਤੇ ਲਿਆਉਂਦੇ ਹਾਂ ਅਤੇ ਮੁੜ ਕੇ ਭੁੱਲ ਜਾਂਦੇ। ਹੁਣ ਜਿਹੜੀ ਸਿਚੁਏਸ਼ਨ ਹੈਗੀ ਹੈ, ਕੈਨੇਡਾ ਨੇ ਕਿਹਾ ਵੀ ਵਪਾਰ ਫਰੀ ਟ੍ਰੇਡ ਦੀ ਗੱਲ ਸੀ, ਉਹ ਅੱਗੇ ਨਹੀਂ ਵੱਧ ਸਕਦੀ ਜਦ ਤੱਕ ਅਸੀਂ ਇਹ ਹਰਦੀਪ ਸਿੰਘ ਨਿੱਜਰ ਦਾ ਕੇਸ ਲੌਜੀਕਲ ਕੰਕਲੂਜ਼ਨ 'ਤੇ ਨਹੀਂ ਲੈ ਕੇ ਜਾਂਦੇ। ਇੰਡੀਆ ਕਹਿ ਰਿਹਾ ਵੀ ਸਾਨੂੰ ਤੁਸੀਂ ਐਵੀਡੈਂਸ ਦਿਓ, ਅਮਰੀਕਾ ਨੇ ਇੰਡੀਆ ਨੂੰ ਕਿਹਾ ਪਿੱਛੇ ਫਿਰ ਕਿ ਤੁਸੀਂ ਕੈਨੇਡਾ ਨਾਲ ਕੋਪਰੇਟ ਕਰੋ, ਕਿਉਂਕਿ ਜਿਹੜੀ ਬੇਸਿਕ ਇਨਫੋਰਮੇਸ਼ਨ ਹੈ ਉਹ ਤਾਂ ਅਮਰੀਕਾ 'ਚੋਂ ਆਈ ਹੋਈ ਹੈ, 5 ਕੰਟਰੀਜ਼ ਦੀ ਇਨਫੋਰਮੇਸ਼ਨ ਹੈ, ਕੈਨੇਡਾ ਦੀ ਇਕੱਲੇ ਦੀ ਆਪਣੀ ਨਹੀਂ। ਸੋ ਇਹ ਨੈਰੇਟਿਵ ਚੱਲ ਰਿਹਾ, ਲੇਕਿਨ ਇਸ਼ੂਜ਼ ਇਹ ਸੀਰੀਅਸ ਹੈਗੇ ਆ। ਮੇਰੇ ਖਿਆਲ 'ਚ ਇਹਨਾਂ ਇਸ਼ੂਜ਼ ਦਾ ਕਲੋਜ਼ਰ ਹੋਣਾ ਚਾਹੀਦਾ, ਇਹ ਸਰਕਾਰਾਂ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ ਬ੍ਰਾਡਰ ਮਾਈਂਡ ਦੇ ਨਾਲ ਵੀ ਇਹ ਸਾਰੇ ਇਸ਼ੂਜ਼ ਨੂੰ ਕਿਵੇਂ ਕਲੋਜ਼ ਕਰਨਾ ਹੈ। ਸਰਦਾਰ ਹਮੀਦ ਸਿੰਘ ਜੀ, ਜਿਹੜਾ ਮਾਮਲਾ ਨਿੱਜਰ ਦੇ ਮਾਮਲੇ ਤੋਂ ਸ਼ੁਰੂ ਹੋਇਆ ਸੀ, ਜਿਹ 'ਚ ਟਕਰਾਅ ਵਧਿਆ, ਉੱਥੇ ਦੋ ਗੱਲਾਂ, ਇੱਕ ਗੱਲ ਤਾਂ ਟਰਨਿੰਗ ਪੁਆਇੰਟ ਹੈ ਮੇਰੇ ਖਿਆਲ ਇਹ ਕਾਫੀ, ਜਿਹੜਾ 2+2 ਮੀਟਿੰਗ ਹੋਈ ਹੈ ਅਮਰੀਕਾ ਦੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਤੇ ਭਾਰਤ ਦੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਦੇ ਵਿੱਚ,
ਉਦੋਂ ਬਾਅਦ ਦੀ ਸ਼ਾਇਦ ਇਹ ਡਿਵੈਲਪਮੈਂਟ ਹੈ। ਫਸਟ ਟਾਈਮ ਸਾਡੇ ਵਿਦੇਸ਼ ਮੰਤਰੀ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਪਾਰਟਿਸਪੇਟ ਕਰਨ ਲਈ ਤਿਆਰ ਹਾਂ, ਉਹਦੇ ਚ ਜਾਂਚ ਦੇ ਵਿੱਚ ਸਹਿਯੋਗ ਦੇਣ ਲਈ ਤਿਆਰ ਹਾਂ, ਸਾਨੂੰ ਤੱਥ ਦੇ ਦਿਓ। ਪਹਿਲਾਂ ਤਾਂ ਅਸੀਂ ਆਊਟਰਾਈਟਲੀ ਉਸ ਐਲੀਗੇਸ਼ਨ ਨੂੰ ਕਹਿ ਰਹੇ ਸੀ ਕਿ ਬਿਨਾਂ ਮਤਲਬ ਫਜ਼ੂਲ ਹੈ, ਇਹਦਾ ਕੋਈ ਆਧਾਰ ਨਹੀਂ। ਅਸੀਂ ਉਹਨਾਂ ਦੇ ਡਿਪਲੋਮੇਟ ਵੀ ਗੁੱਸੇ ਚ ਉੱਧਰ ਭੇਜੇ ਤੇ ਉਹਨਾਂ ਨੇ ਡਿਪਲੋਮੇਟ ਸਾਡੇ ਭੇਜੇ, ਤੇ ਉਦੋਂ ਬਾਅਦ 40 ਹੋਰ ਜਿਹੜੇ ਬੰਦੇ ਨੇ ਉਹ ਵਿਡਰਾ ਕਰਨ ਦੀ ਗੱਲ ਕੀਤੀ। ਸਾਰਾ ਇੱਕ ਕੰਟਰਾਡਿਕਸ਼ਨ ਲੈਵਲ ਤੱਕ ਜਾ ਰਿਹਾ ਸੀ। ਇਹਦੇ ਤੋਂ ਇਹ ਨਜ਼ਰ ਆਉਂਦਾ ਕਿ ਇੱਕ ਓਵਰਆਲ ਜਿਹੜਾ ਵੈਸਟਰਨ ਕੰਟਰੀਜ਼ ਦਾ ਇੱਕ ਪ੍ਰੈਸ਼ਰ ਤੇ ਭਾਰਤ ਸਰਕਾਰ ਦੀ ਰੀਥਿੰਕਿੰਗ ਕਿਤੇ ਨਾ ਕਿਤੇ ਇਹ ਹੈ ਕਿ ਇੱਕ ਮੁੱਦਾ ਹੈ, ਇੱਕੋ ਮੁੱਦੇ ਨੂੰ ਇੰਨਾ ਜ਼ਿਆਦਾ ਰਿਲੇਸ਼ਨ ਤੋੜ ਦੇਣ ਦੇ ਤੱਕ ਨਹੀਂ ਲੈ ਕੇ ਜਾਣਾ ਚਾਹੀਦਾ, ਤੇ ਉਹਨੂੰ ਕਿਵੇਂ ਨਾ ਕਿਵੇਂ ਐਮੀਕੇਬਲੀ ਹੱਲ ਕਰਨ ਵੱਲ ਜਾਣਾ ਚਾਹੀਦਾ, ਤੇ ਬਾਕੀ ਦੇ ਮੁੱਦਿਆਂ ਤੇ ਗੱਲ ਰੱਖਣੀ ਚਾਹੀਦੀ ਹੈ। ਅਜੇ ਵੀ ਕੈਨੇਡੀਅਨ ਗਵਰਨਮੈਂਟ ਨੇ ਕੱਲ ਹੀ ਨਾਲ ਦੀ ਨਾਲ ਇਹ ਜ਼ਰੂਰ ਕਿਹਾ ਕਿ ਫਿਲਹਾਲ ਭਾਰਤ ਨਾਲ ਟ੍ਰੇਡ ਨੈਗੋਸ਼ੀਏਸ਼ਨ ਨਹੀਂ ਹੋਣਗੀਆਂ। ਉਹ ਅਜੇ ਉੱਥੇ ਖੜਾ ਅੜਿਆ ਉਸੇ ਸਾਰੇ ਮਾਮਲੇ ਦੇ ਵਿੱਚ, ਉਸ ਜਿਹੜਾ ਇਸ਼ੂ ਦੇ ਵਿੱਚ ਤਾਂ ਜਿਹੜਾ ਮਾਮਲਾ, ਤੇ ਭਾਰਤ ਸਰਕਾਰ ਵੱਲੋਂ ਅਜੇ ਜਿਹੜਾ ਵੀਜ਼ੇ ਦਾ ਸਿਸਟਮ ਸੀਗਾ ਉਹ 4 ਕੈਟਾਗਰੀਜ਼ ਨੂੰ ਵੀਜ਼ਾ ਖੋਲ੍ਹ ਦਿੱਤਾ ਸੀ ਪਿਛਲੇ ਸਮੇਂ ਦੇ ਵਿੱਚ, ਪਰ ਬਾਕੀ ਦੇ ਕੈਟਾਗਰੀਆਂ ਜਿਹੜੇ ਨੋਰਮਲ ਬੰਦੇ ਨੇ ਸਾਰੇ ਵੱਖ ਵੱਖ ਸਧਾਰਨ ਬੰਦੇ ਕੇਵਲ ਰੋਜੀ ਰੋਟੀ ਲੈਂਦੇ ਨੇ ਕਰਦੇ ਨੇ ਤੇ ਆਉਂਦੇ ਨੇ, ਜਿਹੜੇ ਨੇ ਕਿਸੇ ਨੇ ਕਾਨਫਰੰਸ ਚ ਨਹੀਂ ਜਾਣਾ ਵੱਡੀ ਚ ਇੰਟਲੈਕਚੁਅਲ ਲੈਕਚਰ ਦੇਣ, ਜਿਹਨੇ ਕਿਸੇ ਨੇ ਹੋਰ ਕੋਈ ਇਸ ਲੈਵਲ ਦੀ ਗੱਲ ਨਹੀਂ ਕਰਨੀ, ਉਹਨਾਂ ਤੇ ਪਾਬੰਦੀ ਹਜੇ ਵੀ ਹੈ। ਇਹ ਇੱਕ ਹਿਊਮਨ ਰਾਈਟਸ ਦਾ ਮਾਮਲਾ ਜਿਹੜਾ ਦਬ ਦਿੱਤਾ ਗਿਆ। ਉਦੋਂ ਬਾਅਦ ਬਾਕੀ ਬੰਦਿਆਂ ਤੇ ਜੇ ਤੁਸੀਂ ਵੀ ਤਿਆਰ ਹੋ, ਆਪਸ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਨੇ, ਤਾਂ ਜਿਹੜੇ ਲੋਕ ਆਉਣਾ ਜਾਣਾ ਚਾਹੁੰਦੇ ਨੇ ਘੱਟੋ ਘੱਟ ਉਹਨਾਂ ਨੂੰ ਤਾਂ ਖੋਲਣਾ ਚਾਹੀਦਾ ਨਾ। ਜਿਹੜੇ ਓਬਜੈਕਸ਼ਨ ਵਾਲੇ ਬੰਦੇ 2-4-10-20 ਤੁਹਾਡੇ ਹੋਣਗੇ ਉਹ ਅਲੱਗ ਗੱਲ ਹੈ, ਪਰ ਵੱਡੇ ਸੈਕਸ਼ਨ ਆਫ ਸੋਸਾਇਟੀ ਨੂੰ ਉਹਦਾ ਖਮਿਆਜਾ ਭੁਗਤਣਾ ਪਵੇ, ਇਹਦੇ ਤੋਂ ਜ਼ਰੂਰ ਮੇਰੇ ਖਿਆਲ ਹੈ ਇੱਕ ਜ਼ਿੰਮੇਵਾਰੀ ਬਣਦੀ ਹੈ ਸਾਰਿਆਂ ਦੀ, ਇਨਕਲੂਡਿੰਗ ਗੌਰਮੈਂਟ ਆਫ ਇੰਡੀਆ, ਇਨਕਲੂਡਿੰਗ ਕੈਨੇਡਾ ਗੌਰਮੈਂਟ। ਇਹਦੇ ਤੇ ਤਾਂ ਖੈਰ ਗੌਰਮੈਂਟ ਆਫ ਇੰਡੀਆ ਨੇ ਡਿਸੀਜਨ ਲੈਣਾ ਕਿ ਹਾਂ ਉਹਦੀਆਂ 4 ਕੈਟਾਗਰੀਆਂ ਦੀ ਬਜਾਏ ਤੁਸੀਂ ਵੀਜ਼ਾ ਖੋਲ ਦਿਓ ਤਾਂ ਕਿ ਉਹ ਆ ਸਕਣ ਆਪਣੇ ਵੱਖ ਵੱਖ, ਕੋਈ ਵਿਆਹ ਸ਼ਾਦੀ ਲਈ, ਕੋਈ ਫੁੱਲ ਪਾਉਣ ਲਈ, ਕੋਈ ਬਾਕੀ ਮਾਮਲਿਆਂ ਲਈ, ਕਿਸੇ ਵੀ ਤਰੀਕੇ ਦੇ ਜਿਹੜੇ ਮਾਮਲੇ ਸਾਡੇ ਚੱਲ ਰਹੇ ਸੀ। ਇੱਕ ਵੱਡਾ ਸਵਾਲ ਹੈ ਹੀ ਉਸ ਲੈਵਲ ਦੇ ਉੱਤੇ। ਦੂਸਰੀ ਗੱਲ ਇਹ ਹੈ ਮੇਰਾ ਖਿਆਲ ਹੈ ਕਿ ਕਈ ਵਾਰ ਸਾਡਾ ਕੰਟਰੀ ਵੀ ਅਸੀਂ ਆਊਟ ਆਫ ਪ੍ਰਪੋਰਸ਼ਨੇਟ ਵੀ ਇਸ਼ੂ ਨੂੰ ਉਭਾਰਨਾ ਚਾਹੁੰਦੇ ਹਾਂ, ਜਿਵੇਂ ਖਾਲਿਸਤਾਨ ਦਾ ਕੁਐਸਚਨ ਹੈ। ਖਾਲਿਸਤਾਨ ਦਾ ਕੁਐਸਚਨ ਸਾਡੇ ਇੱਥੇ ਤਾਂ ਕੋਈ ਬਹੁਤ ਵੱਡੀ ਡਿਬੇਟ ਹੈ ਹੀ ਨਹੀਂ ਉਸ ਪੱਧਰ ਦੀ, ਤੇ ਜਦੋਂ ਤੁਸੀਂ ਨਿਭਾਉਣਾ ਤਾਂ ਮੈਨੂੰ ਲੱਗਦਾ ਕਿ ਉਹ ਨੈਰੇਟਿਵ ਸਾਡੇ ਕੰਟਰੀ ਚ ਇਹ ਤੋਂ ਵੱਡਾ ਹੋ ਜਾਂਦਾ ਹੋਰ ਜ਼ਿਆਦਾ। ਜੇ ਰਾਹੁਲ ਗਾਂਧੀ 2 ਦਿਨ ਆ ਕੇ ਦਰਬਾਰ ਸਾਹਿਬ ਜਦੋਂ ਖਾਮੋਸ਼ੀ ਨਾਲ ਬੈਠਿਆ ਤਾਂ ਉਹ ਸਾਡੇ ਘੱਟੋ ਘੱਟ ਉਹ ਨੈਰੇਟਿਵ ਤੇ ਇੱਕ ਲੈਵਲ ਦੀ ਖੜੋਤ ਲੱਗੀ ਸੀ ਉਸ ਸਾਰੇ ਮਾਮਲੇ ਚ। ਜਦੋਂ ਇੱਧਰੋਂ ਇੱਕ ਡਿਬੇਟ ਸਟਾਰਟ ਹੋਈ ਕਿ ਇੱਕ ਕਮਿਊਨਿਟੀ ਪੇਂਟ ਕਿਉਂ ਹੋ ਰਹੀ ਹੈ ਪੂਰੇ ਦੇ ਪੂਰੇ ਮਾਮਲੇ ਚ, ਜਦੋਂ ਤੁਹਾਡੇ ਸਾਹਮਣੇ ਉਹ 10 ਬੰਦਿਆਂ ਦੀਆਂ ਫੋਟੋਆਂ ਰਿਲੀਜ਼ ਕਰਤੀਆਂ ਸੀ, ਉਹ ਪੱਗਾਂ ਤਾਂ ਦਿਖਾਈ ਦੇ ਰਹੀਆਂ ਸੀ ਨਾ ਕਿ ਉਹ ਬੰਦੇ ਇਸ ਲੈਵਲ ਦੇ ਨੇ ਜਿਹੜੇ ਬਾਕੀ ਮਾਮਲਿਆਂ ਤੇ ਯੂਕੇ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਓਪਰੇਟ ਕਰ ਰਹੇ ਨੇ, ਤੇ ਇਹਨਾਂ ਬੰਦਿਆਂ ਦੀ ਇਹ ਗੱਲ ਹੋਈ। ਇਸ ਲਈ ਉਹ ਨੈਰੇਟਿਵ ਦਾ ਇੱਕ ਕੁਐਸਚਨ ਜਿਹੜਾ ਬਣਿਆ ਹੋਇਆ ਲਗਾਤਾਰ, ਉਹਨੂੰ ਜੇ ਇੰਟਰਨੈਸ਼ਨਲ ਕੋਰਸ ਦੇ ਵਿੱਚ ਇੱਕ ਡੈਮੋਕਰੇਟਿਕ ਵਿਊ ਪੁਆਇੰਟ ਨਾਲ ਲੈਣਾ ਹੋਵੇ ਤਾਂ ਅਸੀਂ ਉਹਦੇ ਤੇ ਅਜੇ ਨਹੀਂ ਆ। ਜਿਵੇਂ ਫਲਸਤੀਨ ਤੇ ਇਹਦਾ ਇਜ਼ਰਾਈਲ ਦਾ ਮਾਮਲਾ ਹੈ, ਉੱਥੇ ਕੇਵਲ ਤੇ ਕੇਵਲ ਅਮਰੀਕਾ ਤੇ ਇਜ਼ਰਾਈਲ ਨਾਲ ਰਲ ਕੇ ਭਾਰਤ ਸਰਕਾਰ ਦੇ ਭਾਰਤ ਦੇ ਪ੍ਰੈਜੀਡੈਂਟ ਵੀ ਇਹ ਕਹਿ ਰਹੇ ਸੀ, ਜਿਵੇਂ ਹਸਪਤਾਲਾਂ ਦੇ ਅੰਦਰ ਵੀ ਮਾਰੇ ਜਾ ਰਹੇ ਨੇ ਲੋਕ, ਜੀਆ ਘਾਤ ਹੋ ਰਹੀ ਹੈ। ਬੁੱਤਰ ਜਿਹੜਾ ਵਿਚਾਰੇ UNO ਦੇ ਸੈਕਟਰੀ ਜਨਰਲ ਕੇਵਲ ਬਿਆਨ ਤੱਕ ਸੀਮਤ ਹੋ ਗਏ ਨੇ, ਤਾਂ ਉੱਥੇ ਇੱਕ ਨਵਾਂ ਕੁਐਸਚਨ ਖੜਾ ਹੁੰਦਾ ਸੱਚ। ਉਹ ਕੁਐਸਚਨ ਕੀ ਹੁੰਦਾ? ਉਹ ਪਾਵਰ ਸਟਰਕਚਰ ਦਾ। ਉਹ ਪਾਵਰ ਸਟਰਕਚਰ ਕਿੱਥੇ ਹੈ? ਉਹ ਵੀਟੋ ਪਾਵਰ ਹੋਲਡ 5 ਦੇਸ਼ਾਂ ਦੇ ਕੋਲ ਹੈ ਕਿ ਬਾਕੀ ਸਾਰੀ UNO ਕੁੱਕਦੀ ਰਹੇ ਤੁਹਾਡੀ ਗੱਲ ਲਾਗੂ ਨਹੀਂ ਹੋਏਗੀ। ਉਸੇ ਪਾਵਰ ਸਟਰਕਚਰ ਦੇ ਕਾਰਨ ਵੈਸਟਰਨ ਕੰਟਰੀ ਬਾਂਹ ਮਰੋੜਦੇ ਨੇ ਬਾਕੀਆਂ ਦੀ। ਅਸੀਂ ਵੀ ਉਸ ਪਾਵਰ ਸਟਰਕਚਰ ਦੇ ਵਿੱਚ ਜਾ ਕੇ ਆਪਣਾ ਇੱਕ ਪਰਮਾਨੈਂਟ ਕੁਰਸੀ ਢਾਉਣਾ ਚਾਹੁੰਦੇ ਹਾਂ। ਕੀ ਡੈਮੋਕਰੇਟਾਈਜੇਸ਼ਨ ਆਫ ਸੋਸਾਇਟੀ ਕਿਸੇ ਦਾ ਏਜੰਡਾ ਹੋਏਗਾ? ਕੀ ਹਿਊਮਨ ਰਾਈਟਸ ਦਾ ਕੁਐਸਚਨ ਜਨਰਲ ਹਿਊਮਨ ਰਾਈਟਸ ਦੇ ਕੁਐਸਚਨ ਦੀ ਤਰ੍ਹਾਂ ਡੀਲ ਹੋਏਗਾ ਕਿਤੇ ਵੀ? ਉਹ ਚਾਹੇ ਦੁਨੀਆਂ ਚ ਹੋਵੇ, ਸਾਡੇ ਹੋਵੇ, ਚਾਹੇ ਕਿਤੇ ਵੀ ਹੋਵੇ, ਜਾਂ ਪਿਕ ਐਂਡ ਚੂਜ ਹੋਏ? ਤੇ ਜਿਹੜੀ ਫਿਲੋਸਫੀ ਨਾਲ ਜਿਹੜੀ ਧਰਤੀ ਤੇ ਅਸੀਂ ਬੈਠੇ ਹਾਂ, ਜਿੱਥੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਹਿਊਮਨ ਰਾਈਟਸ ਦਾ ਇੱਕ ਪਰਿਭਾਸ਼ਾ ਬਿਲਡ ਹੁੰਦੀ ਹੈ, ਉਹ ਉਹਨਾਂ ਸਾਰੇ ਮੁੱਦਿਆਂ ਨੂੰ ਡੈਮੋਕਰੇਟਾਈਜੇਸ਼ਨ ਆਫ ਸੋਸਾਇਟੀ ਔਰ ਹਿਊਮਨ ਰਾਈਟਸ ਦੇ ਐਂਗਲ ਤੋਂ ਅੱਗੇ ਵਧਾਉਣ ਦੀ ਗੱਲ ਕਰਦੀ ਹੈ। ਤੇ ਉਹਦੇ ਤੇ ਡਿਬੇਟ ਮਾਈਨਸ ਹੈ, ਮਿਸਿੰਗ ਹੈ। ਪਰ ਹਾਂ, ਇੱਕ ਚੰਗੀ ਗੱਲ ਇਹ ਹੋਈ ਹੈ ਸ਼ਾਇਦ ਜੇ ਇੱਕ ਦੂਜੇ ਨਾਲ ਕੋਆਪਰੇਸ਼ਨ ਨਾਲ ਇਹ ਮੁੱਦਾ ਸੁਲਝਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਤਾਂ ਜਿਹੜਾ ਇੱਕ ਟਕਰਾਅ ਕੈਨੇਡਾ ਤੇ ਇੱਥੇ ਦਾ, ਕਿਉਂਕਿ ਬਹੁਤ ਸਾਰੇ ਬੰਦੇ ਇੱਥੇ ਨੇ ਰਹਿ ਰਹੇ ਨੇ, ਸਾਡੇ ਪੰਜਾਬੀ ਵੀ ਰਹਿ ਰਹੇ ਨੇ, ਭਾਰਤੀ ਵੀ ਰਹਿ ਰਹੇ ਨੇ ਵੈਸਟਰਨ ਦੇਸ਼ਾਂ ਚ, ਪਰ ਇਦੋਂ ਵੀ ਜ਼ਿਆਦਾ ਬੰਦੇ ਅਰਬ ਕੰਟਰੀ ਚ ਰਹਿ ਰਹੇ ਨੇ। 80 ਲੱਖ ਦੀ ਆਬਾਦੀ ਹੈ ਇੰਡੀਅਨ ਦੀ, ਤੇ ਜੇ ਇਹ ਜੰਗ ਵੀ ਅੱਗੇ ਵੱਧਦੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਹੁੰਦੀਆਂ ਨੇ, ਤਾਂ ਸਭ ਨੂੰ ਵਾਪਸ ਪਰਤਣ ਦੇ ਲਈ ਕੀ ਕੀ ਹੋਏਗਾ, ਸਾਡੇ ਤੇ ਅਸਰ ਕਿੰਨਾ ਪਏਗਾ,
ਅਜੇ ਉਹ ਮੁੱਦੇ ਅਸੀਂ ਬੜੇ ਦਾਇਰੇ ਚ ਵਿਚਾਰ ਨਹੀਂ ਲੱਗੇ ਇੰਟਰਨੈਸ਼ਨਲ ਫੋਰਨ ਪਾਲਿਸੀ ਦੇ ਇਸ਼ੂ ਦੇ ਵਿੱਚ, ਤੇ ਉਹ ਲੋਕਲ ਲੈਵਲ ਦੇ ਇਸ਼ੂ ਜਿੱਥੇ ਜਿਹੜਾ ਜਿਹੜਾ ਆਉਂਦਾ ਉਹਨੂੰ ਅਸੀਂ ਵਿਚਾਰਦੇ ਹਾਂ ਉਹ ਅਲੱਗ ਗੱਲ ਹੈ, ਪਰ ਇਹਨਾਂ ਸਾਰੇ ਮੁੱਦਿਆਂ ਦੇ ਸੰਦਰਭ ਦੇ ਵਿੱਚ ਮੇਰਾ ਖਿਆਲ ਹੈ ਇਹ ਜ਼ਰੂਰ ਬਣਦਾ ਪੰਜਾਬ ਦੀ ਧਰਤੀ ਤੋਂ ਇਹ ਗੱਲ ਕਰਨਾ ਕਿ ਜਿੱਥੇ ਜਿੱਥੇ ਪੰਜਾਬੀ ਹੈਗੇ ਨੇ, ਜਿੱਥੇ ਜਿੱਥੇ ਭਾਰਤੀ, ਜਾਂ ਵੈਸੇ ਤਾਂ ਇਨਸਾਨੀ ਐਂਗਲ ਹੈ ਕਿ ਜੇ ਉਹਨਾਂ ਦੇ ਸਾਹਮਣੇ ਬਿਨਾਂ ਮਤਲਬ ਦੀਆਂ ਕੋਈ ਰੁਕਾਵਟਾਂ ਆ ਰਹੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਮਾਮਲੇ ਲਈ ਆਵਾਜ਼ ਜ਼ਰੂਰ ਉੱਠਣੀ ਚਾਹੀਦੀ। ਬਿਲਕੁਲ, ਇਹ ਆਵਾਜ਼ ਉੱਠਣੀ ਹੀ ਚਾਹੀਦੀ ਹੈ ਤੇ ਦੇਖਦੇ ਹਾਂ ਕਿ ਇਹਦੇ ਵਿੱਚ ਇਸ ਮਾਮਲੇ ਨੂੰ ਆ ਰਹੀ ਇਲੈਕਸ਼ਨ ਦੇ ਦੌਰਾਨ ਹੋਰ ਤਾਂ ਨਹੀਂ ਉਭਾਰਿਆ ਜਾਂਦਾ, ਜਾਂ ਇਹਦਾ ਕਲੋਜ਼ਰ ਘੱਟੋ ਘੱਟ ਭਾਰਤ ਕੈਨੇਡਾ ਰਿਸ਼ਤਿਆਂ ਦੇ ਵਿੱਚ ਜਿਹੜਾ ਇਹ ਇੱਕ ਨਵਾਂ ਪੇਚ ਆ ਇਹਨੂੰ ਸੁਲਝਾ ਲਿਆ ਜਾਵੇ, ਜਾਂ ਇਹਦਾ ਲੌਜੀਕਲ ਐਂਡ ਅਸੀਂ ਕੀ ਦੇਖਾਂਗੇ, ਇਹ ਸਵਾਲ ਬਣਿਆ ਰਹੂਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ।